सीता
शिकार से गुरु को बल बल जाइए आप मुक्त मोय तार। देशिवा पर मोय है शुभ कर मनते ना डरू ना डरू अर सो जग जाय लर निश्चय करे अपनी जीत कर। हे रब हे सस हे करुणा निते मेरे मैं बिनती सुन ली ते और न मांग तो तुम ते कछ चाहत हो चित मैं सुई कीज। शस्त्रन स्यो अतिरण भीतर जूझ मरे तो साथ भतीज। संत सहाय सदा जग माए कृपा कर श्यामे वर दीजे। सूरा सो पहचानी है जो लरे पीन के। सूरा सो पहचानी है जो लरे पीन के। Dura to pe tarnie
ਬਾਣੀ ਦੇ ਸਿਧਾਂਤ ਨੂੰ ਆਪਣੇ ਜੀਵਨ ਵਿੱਚ ਢਾਲ ਕੇ
इस तरह से गुरुआं दे गुरपुरब शहीदी दिहाड़े मनाउणे, इस तरह मनाए दिहाड़े प्रवान ने भावे लंगर की बड़ी वड्डी अहमियत है, पर जे लंगरां तक ही सीमित रहे, गुरु की विचारधारा नूं बनाया ना, फिर जीवन दे विच बदलाव नहीं आएगा। समझना पैना सिद्धांत की है ये दिहाड़ियां दा मनाउण दा, जिस गल वास्ते वो कुरबानी दे के गए, शहादत दे के गए, उसी गल नूं धारण कीता है, जिहड़ी गल वास्ते उन्हां ने कुरबानी दित्ती है वो गल नूं असीं धारण करना, उहदे ते पहरा देना है। ਉਹ ਸਾਡੇ ਕੌਮ ਦੇ ਬਾਬੇ, ਅਸਲ ਬਾਬੇ, ਅਸਲ ਨਾਇਕ, ਅਸਲ ਆਗੂ ਸਾਡੇ ਪੰਥ ਦੇ, ਧੰਨ ਧੰਨ ਬਾਬਾ ਜੀ ਸਿੰਘ, ਧੰਨ ਧੰਨ ਬਾਬਾ ਜੁਝਾਰ ਸਿੰਘ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ, ਧੰਨ ਧੰਨ ਬਾਬਾ ਫਤਿਹ ਸਿੰਘ। ਭਾਵੇਂ ਉਮਰਾਂ ਬੜੀਆਂ ਇਹਨਾਂ ਦੀਆਂ ਛੁੱਟੀਆਂ ਸੀ, ਬਾਬਾ ਅਜੀਤ ਸਿੰਘ ਜੀ ਦੀ ਉਮਰ ਸੀ 17 ਸਾਲ, ਬਾਬਾ ਜੁਝਾਰ ਸਿੰਘ ਦੀ ਉਮਰ ਸੀ 14 ਸਾਲ, ਬਾਬਾ ਜ਼ੋਰਾਵਰ ਸਿੰਘ ਦੀ ਉਮਰ ਸੀ 9 ਸਾਲ, ਬਾਬਾ ਫਤਿਹ ਸਿੰਘ ਦੀ ਉਮਰ ਸੀ 7 ਸਾਲ। ਉਮਰਾਂ ਤਾਂ ਬਹੁਤ ਛੋਟੀਆਂ ਸੀ ਗੁਰੂ ਕੇ ਸਾਹਿਬ, ਪਰ ਜੋ ਛੋਟੀਆਂ ਉਮਰਾਂ ਵਿੱਚ ਕਰਦੇ ਨੇ, ਕੋਈ 100 ਸਾਲ ਜੀ ਕੇ ਵੀ ਨਹੀਂ ਕਰ ਸਕਦਾ, ਜੋ ਪੂਰਨੇ ਉਹ ਪਾਗ ਨੇ ਸਾਡੇ ਵੱਲ। ਸਤਸੰਗ ਜੀ ਉਹਨਾਂ ਦੀ ਬਦੌਲਤ ਅੱਜ ਅਸੀਂ ਸੁਖੀ ਵਸ ਰਹੇ ਹਾਂ, ਸਾਡੇ ਘਰਾਂ ਵਿੱਚ ਸਾਡੇ ਪਰਿਵਾਰ, ਸਾਡੇ ਬੱਚੇ ਮਹਿਫੂਸ ਨੇ, ਸਾਡੇ ਬੱਚੇ ਜੇ ਸੈੱਟ ਨੇ, ਸਾਡੇ ਪਰਿਵਾਰ ਜੇ ਸੈੱਟ ਨੇ, ਸੁੱਖਾਂ ਵਿੱਚ ਅਸੀਂ ਜ਼ਿੰਦਗੀ ਗੁਜ਼ਾਰ ਰਹੇ ਹਾਂ। ਤੇ ਬਦੌਲਤ ਸਾਹਿਬਜ਼ਾਦਿਆਂ ਦੀ, ਗੁਰੂ ਗੋਬਿੰਦ ਸਿੰਘ ਮਾਰ ਨੇ 42 ਸਾਲ ਦੀ ਉਮਰ ਵਿੱਚ ਸਾਰਾ ਦੁੱਖ ਆਪਣੇ ਪਿੰਡੇ ਤੇ ਹੰਡਾਇਆ ਆਪਣੇ ਸਰੀਰ ਤੇ। ਫਿਰ ਸਾਹਿਬਜ਼ਾਦਿਆਂ ਨੇ ਆਪਣੇ ਸਰੀਰ ਤੇ ਹੰਡਾਇਆ, ਮਾਤਾ ਗੁਜਰ ਕੌਰ ਨੇ ਆਪਣੇ ਸਰੀਰ ਤੇ ਹੰਡਾਇਆ, ਬੜੇ ਤਸ਼ੱਦ ਬੜੇ ਤਸੀਹੇ ਝੱਲੇ ਉਹਨਾਂ ਨੇ ਸਾਡੇ ਵਾਸਤੇ, ਆ ਸਾਨੂੰ ਫਿਰ ਸੁਖਦਾਇਕ ਜ਼ਿੰਦਗਾਨੀਆਂ ਪ੍ਰਾਪਤ ਹੋਈਆਂ। ਯਾਦ ਕਰਦਾ ਕਿਸੇ ਘਰ ਪੁੱਤਰ ਨੇ ਛੋਟੇ ਛੋਟੇ, ਜਿਵੇਂ ਬੈਠਾ ਪਚੰਗੀ ਪੁੱਤਰੇ ਨੇ ਛੋਟੇ ਛੋਟੇ, ਇਹਨਾਂ ਦੇ ਵਿੱਚੋਂ ਗੁਰੂ ਦੇ ਲਾਲਾਂ ਨੂੰ ਤੱਕਣਾ, ਇਹਨਾਂ ਦੇ ਵਿੱਚੋਂ ਮਾਤਾ ਗੁਜਰ ਕੌਰ ਦਾ ਉਪਦੇਸ਼, ਇਹਨਾਂ ਵਿੱਚੋਂ ਆਪਣੇ ਮੈਂ ਸਾਹਿਬਜ਼ਾਦਿਆਂ ਨੂੰ ਤੱਕਣਾ, ਤੁਹਾਡੇ ਸਾਹਿਬਜ਼ਾਦਿਆਂ ਵਿੱਚੋਂ ਉਹ ਰੂਪ ਰੇਖਾ ਹੈ ਕਿ ਨਹੀਂ, ਉਹ ਤੁਹਾਡੇ ਤੇ ਡਿਪੈਂਡ ਹੈ। ਸਾਹਿਬਜ਼ਾਦੇ ਬਣਾਏ ਨੇ ਕਿ ਨਹੀਂ ਬਣਾਏ ਤੁਸੀਂ, ਉਹ ਸਾਹਿਬਜ਼ਾਦਿਆਂ ਨੇ ਤੁਹਾਡੇ ਘਰ ਸਾਹਿਬਜ਼ਾਦੇ ਬਖਸ਼ੇ ਨੇ, ਪਰ ਉਵੇਂ ਦੀ ਉਹਨਾਂ ਦੀ ਕੰਡੀਸ਼ਨ ਬਣਾਓ, ਤੁਸੀਂ ਕੇਸ ਰੱਖੋ, ਸਿੱਖੀ ਵੱਲ ਪ੍ਰੇਰਿਤ ਕਰੋ। ਜਿਹੜੀ ਮਾਂ ਦੀ ਕੁੱਖ ਤੋਂ ਬੱਚਾ ਜਨਮ ਲੈ ਕੇ ਸਿੱਖੀ ਧਾਰ ਲਏ, ਉਹ ਮਾਂ ਦਾ ਜਨਮ ਸਫਲ ਹੋਵੇਗਾ, ਬੱਚੇ ਦਾ ਤਾਂ ਹੋਏਗਾ, ਉਹ ਮਾਂ ਦੀ ਕੁੱਖ ਸਫਲੀ ਹੋਈ। ਮਾਂ ਦੀ ਬੜੀ ਵੱਡੀ ਸੇਵਾ ਹੈ, ਭਾਵੇਂ ਗੁਰਦੁਆਰੇ ਨਾ ਸੇਵਾ ਕਰੇ, ਆਪਣੇ ਪੁੱਤਰ ਦੇ ਕੇਸ ਵਾਹਵੇ, ਰੋਜ਼ ਪਿਆਰ ਨਾਲ ਦਸਤਾਰ ਸਜਾਵੇ, ਇਹ ਉਹਦੀ ਬੜੀ ਵੱਡੀ ਸੇਵਾ ਹੈ, ਇਹ ਸੇਵਾ ਦਾ ਉਹ ਫਲ ਮੰਨਿਆ ਸਤਸੰਗ ਜੀ। ਜੇ ਮਾਤਾ ਬੱਚੇ ਦੇ ਕੇਸ ਪੁੱਤਰੇ ਦੇ ਜਾਂ ਪੁੱਤਰ ਦੇ ਰੋਜ਼ ਬੜੇ ਸ਼ੌਕ ਨਾਲ ਚਾਅ ਨਾਲ ਵਾਹੁੰਦੀ ਹੈ, ਸਾਂਭਦੀ ਹੈ ਸਿੱਖੀ ਸਰੂਪ ਵਿੱਚ, ਉਹ ਮਾਂ ਦਾ ਜਨਮ ਤਾਂ ਸਫਲ ਹੋਵੇਗਾ, ਉਹਨੂੰ ਅੱਗੇ ਸਤਿਕਾਰ ਵੀ ਮਿਲੇਗਾ, ਮਾਤਾ ਸਾਹਿਬ ਕੌਰ ਵੱਲੋਂ ਮਿਲੇਗਾ। ਇਸ ਕਰਕੇ ਸਾਰੀਆਂ ਮਾਤਾਵਾਂ ਨੂੰ ਬੇਨਤੀ ਹੈ, ਵੀਰਾਂ ਨੂੰ, ਬੱਚਿਆਂ ਨੂੰ ਸਿੱਖੀ ਸਰੂਪ ਵਿੱਚ ਲਿਆਓ ਜ਼ਰੂਰੀ ਹੈ, ਤੇ ਆਪ ਵੀ ਆਪਾਂ ਸਿੱਖੀ ਧਾਰਨ ਕਰੀਏ, ਗੁਰੂ ਦੇ ਮਾਰਗ ਤੇ ਚੱਲ ਕੇ ਆਪਣਾ ਜਨਮ ਸਫਲ ਕਰੀਏ, ਜੋ ਉਪਦੇਸ਼ ਸਾਡੇ ਬਾਬੇ ਸਾਨੂੰ ਦੇ ਗਏ। ਬਾਬਾ ਜੀ ਨੂੰ ਕਹਿ ਰਹੇ ਸੀ ਸ੍ਰੀ ਹੈਡ ਗ੍ਰੰਥੀ ਸਾਹਿਬ ਬਾਬਾ ਜਗਤਾਰ ਸਿੰਘ ਜੀ ਨੂੰ ਕਿ ਜੇ ਆਪਾਂ ਪ੍ਰਸੰਗ ਸਾਰਾ ਸਰਵਣ ਕਰਾਇਆ ਨਾ, ਸਮਾਂ ਦੇ ਵਾਸਤੇ ਲੰਮੇਰਾ ਚਾਹੀਦਾ ਹੈ, ਜੇ ਵੱਡਿਆਂ ਸਾਹਿਬਜ਼ਾਦਿਆਂ ਦਾ ਵੀ ਛੋਟਿਆਂ ਦਾ ਵੀ ਸਾਨੂੰ ਪਤਾ ਹੈ ਨਾ, ਅਸੀਂ ਅੱਜ ਛੋਟਿਆਂ ਦੇ ਸਵੇਰੇ ਸੁਣਾਇਆ, 1.5 ਘੰਟਾ ਲੱਗ ਗਿਆ ਸੀ ਬਿਨਾਂ ਕਿਰਤਨ। ਇਸ ਕਰਕੇ ਅੱਜ ਆਪਾਂ ਛੋਟੇ ਸਾਹਿਬਜ਼ਾਦਿਆਂ ਦਾ ਦਿਹਾੜਾ, ਛੋਟਿਆਂ ਦੇ ਪ੍ਰਸੰਗ ਸੁਣਾਵਾਂਗੇ। ਉਹਦੇ ਵਾਸਤੇ ਜਿਵੇਂ 22 ਤਰੀਕ ਨੂੰ ਸੀ ਵੱਡਿਆਂ ਸਾਹਿਬਜ਼ਾਦਿਆਂ ਦਾ, ਉਦੋਂ ਭਾਵੇਂ ਰੱਖ ਲੈਂਦੇ, ਭਾਵੇਂ ਇਕੱਲਾ ਕਥਾ ਕੀਰਤਨ ਹੀ ਰੱਖ ਲੈਂਦੇ, ਸੁਣਦੇ ਗੁਰੂ ਕੀ
वड्डे साहबजादियां दी शहीदी दा प्रसंग। अज जिहड़ा दिहाड़ा है केवल छोटे साहबजादे ते माता गुजर कौर दी शहीदी दा शहादत दा, ते आपां अपने विचार ते फोकस रखांगे, ये विषय ते केंद्रित रखांगे विचार जिहड़ी गुरु के इतिहास दा सवारे सारे तवज्जो देख के गुरु का इतिहास श्रवण करो। आनंदपुर साहिब तों विचार शुरू हुंदी सतसंग जी आनंदपुर साहिब नूं घेरा पए नूं 7 तों 8 महीने लगातार हो गए, लखां दी तादाद विच घेरा पिया, हरेक यतन कर लिया दुश्मन दी फौज ने, मुगल दी फौज ने, राजिआं ने, पर बार जित ना सके, हरेक कोशिश कर लिया, क्योंकि जे इत्थे विस्तार च जावांगे अपना अगला प्रसंग भी वड्डा है। इत्थे भाई बजिंदर सिंह जी लड़े सी हाथी नाल जदों घेरा पिया होया सी आनंदपुर साहिब, जदों पता लगा महाराज महाराज दे सूईए ने आके दस्सिया, जिहड़ा सूईआ ऐ नहीं लगदा सी वी दसवें पातशाह दा सिख ऐ, लगदा सी उहनां दा ही बंदा, सूईए महाराज ने इहनां दा छड्डिया होया सी, उन्हें आके दस्या सच्चा पातशाह हाथी नूं शराब पिया के किले दा गेट जिहड़ा दरवाजा तोड़ देगा हाथी, ते उन्हां दी मन दी मनशा यह है कि असीं सारिआं नूं खत्म कर दांगे। कोई इस तरह दी विचारां कर मार कहिंदे कोई चिंता दा विशा नहीं है, साडा हाथी भी है दुनी चंद साडा हाथी है, भावें उह डरदा किले नूं भज्जण लगा लमक के रस्सा बन के डिग के लत टुट गई, मौत फिर भी हो गई, लड़ाउणा तां महाराज ने सी, पावर तां महाराज ने बख्शी सी, सिखां विच पावर नहीं 1.25 लाख लड़न दी, दसवें पातशाह ने भरी है पावर। इस करके फिर भाई बजिंदर सिंह नूं थापड़ा दित्ता सी नागनी दे के, सत्तियां सत्ते तमियां नूं चीर के नागनी मस्तक दे विच धस गई सी, चीकां मारदा हाथी पिछा नूं मूंह कर लिया, उल्टा उहनां दा नुकसान करना शुरू करता, लताड़ना शुरू करता, यह सारा उदों ही होया। इत्थे कसमां वी खाधियां औरंगजेब बादशाह ने, पहाड़ी राजे ने गऊ बना के, ते औरंगजेब बादशाह ने सुबह सरहद ने कुरान की कसम खाधी, महाराज ने जफरनामे च लिखिया असीं तुहाडे खुदा ते भरोसा कीता तां छड्डिया, तुसीं कहा सी दीने कंगण उत्तर फिर आओ साडी रह जाएगी, 8 महीने हो गए ने, इस करके साडे दे च नमोशी है कि दसवें पातशाह नूं जित नहीं सके, 8 महीने घेरा पाए नूं होए, साडी रह जाएगी, सरकार की रह जाएगी, झूठी सरकार की रह जाएगी। सो इत्थे महाराज दे जिहड़े कीमती साथ संगी भेटावां सी मारने सतलुज दे दरिया विच जल प्रवाह कराइया, जिवें कीमती बस्तर सी, मारक दुशाले सी, माया सी, भटावा महाराज ने जेडे प्रशादी चिट्टा हाथी सी ओह वी इत्थे पूरा हो गया सी भुख तों तंग आ, क्योंकि रस्ते सारे बंद करते सी, जेड़ा रस पानी सारा बंद हो गया सी, कई दिनों तों भुखे ही सिंघ रहे ते जंग करते रहे। चिट्टा हाथी सी प्रशादी जेड़ा राम राय दा पुत्तर रतन राय लैके आया सी, जदों महाराज दरबार च आउंदे सी सुंड भर के जल दी ते पैरां ते महाराज चरणां ते पाउंदे चरण धोंदा सी, महाराज सजदे सी ते ऐ सिर थल्ले उड़ा के सुंड नमस्कार करदा सी, फिर महाराज नूं तीर फड़ाउंदा सी, कमान फड़ाउंदा सी सुंड विच ऐ फड़ के, फिर सुंड च फड़ के मारन चोर सब करदा सी, हाथी दसवें पातशाह उहदा नाम प्रसादी हाथी चिट्टे रंग दा सी, नीला घोड़ा सी महाराज। इस करके सतसंग जी बड़े घोड़े भी इस तरह भुख तों तंग आके दस दिन इतिहास कर, होर भी महाराज ने परख भी कीती सी इन्हां दी सुवां दी, पुराना समान लद के गड्डिया ते देखिया, मशाला बजा के भी लै गए, फिर उजू करदे फिर मिलेगी ये तां पुराना समान। खैर महाराज ने महाराज दी रजा जिवें मार नूं भावे
सच्चे पातशाह कहते हुण किला छड़ा के बाहर किला छड़न की तैयारी की है काफले दे रूप विच महाराज सच्चे पातशाह ने तरतीब बनाई है काफले की सब तो पिछे बाबा अजीत सिंह लगनगे भाई दया सिंह पिछों हमला होना है दुश्मन दीआं फौजां दा महाराज ने अपने पुत्रां नूं पिछे लाया जो काफले ते हमला होना पिछों होना इस तरह अगे भाई बचित्र सिंह नूं लाया अगों जे कोई आवे फिर अगे तुसीं जंग करना एक साहबजादा बाबा जुझार सिंह महाराज बड़ा स्नेह करते वैसे सारे नाल करते ही तुसीं वेख लिओ दसवें पातशाह बाबा जुझार सिंह नाल स्नेह करते छोटे साहबजादे बाबा जोरावर सिंह बाबा फतेह सिंह माता गुजर कौर नाल छोटा अगे घोड़े ते बैठा वड्डा जिहड़ा सी पिछे बैठा जिहड़ियां मातावां सी गुरु की दीआं माता सुंदर कौर माता साहिब कौर शहीद भाई बनी सिंह नाल जदों महाराज वापस आए ने आनंदपुर साहिब तों जिथे गुरु तेग बहादुर महाराज का शीस गया सी स्थान है शीसगंज साहिब गुरद्वारा यह आनंदपुर साहिब ही है ते दिल्ली विच भी है जिथे शीस महाराज का लग किया गया गुरु तेग बहादुर महाराज का धड़ तो वह गुरद्वारा दिल्ली शीसगंज साहिब गुरद्वारा जिथे भाई जैता शीस लेके पहुंचया आनंदपुर साहिब वह गुरद्वारा का नाम ही शीसगंज साहिब उथे महाराज मत्था टेक के बहर आते ने आनंदपुर की धरती देवी का रूप धार के कहिंदी महाराज जो तुसी आए सी बड़िया रौनक लगिया हुण जा रहे हो मुड़के कदों आवोगे महाराज कहिंदे शरीर करके तो असी नहीं आना आत्मा करके सदा संगा पर तेनों वर देने ते सदा ही रौनक लगिया रहनगियां खालसे नूं माण होएगा आनंदपुर साहिब की जन्म भूमि का खालसे की जन्म भूमि है इतों की मिट्टी धूड़ चुक के मत्थे नूं ला के खालसा वडभागा अपने आप नूं समझेगा तेनों वर दिंदे आ कि इत्थे सदा ही तू वसदी रहेगी सदा ही रौनक लगिया रहनगियां आनंदपुरी तू वसदी रहेगी छोड़ चले मुड़ आना आनंदपुरी तू वसदी रहेगी चले ਇਥੋਂ ਮਹਾਰਾਜ ਚੱਲ ਕੇ
ਕੀਰਤਪੁਰ ਸਾਹਿਬ ਇੱਥੇ ਆਪਣੇ ਵੱਡਿਆਂ ਦੇ ਸਥਾਨ ਨੂੰ ਨਮਸਕਾਰ ਕਰਕੇ ਫਿਰ ਅੱਗੇ ਚੱਲਦੇ ਨੇ ਸਰਸਾ ਨਦੀ ਤੇ ਪਹੁੰਚਦੇ। ਇੱਥੇ 2 ਵਜੇ ਨੇ, 2 ਵਜੇ ਨਗਾਰਾ ਵੱਜਦਾ ਸੀ ਅਨੰਦਪੁਰ ਸਾਹਿਬ। ਮਹਾਰਾਜ ਕਹਿੰਦੇ 2 ਵਜੇ ਨਗਾਰਾ, ਕਹਿੰਦੇ ਹਾਂ ਮਹਾਰਾਜ। ਮਹਾਰਾਜ ਕਹਿੰਦੇ ਸਾਨੂੰ ਭੁੱਖ ਲੱਗੀ। ਪਿਆਰੇ ਭਾਈ ਦਇਆ ਸਿੰਘ ਕਹਿੰਦੇ ਮਹਾਰਾਜ ਕਾਫੀ ਸਮਾਂ ਹੋ ਗਿਆ ਅਨੰਦਪੁਰ ਸਾਹਿਬ ਰਸਤ ਪਾਣੀ ਚਾਲੇ ਪਾਇਆ ਨੂੰ, ਹੁਣ ਤਾਂ ਅਨੰਦਪੁਰ ਛੱਡ ਕੇ ਖਾਲਸਾ ਸਰਸਾ ਦੇ ਕਿਨਾਰੇ ਤੇ ਬੈਠਾ ਹੈ ਇੱਥੇ ਛਕਣ ਵਾਸਤੇ। ਮਹਾਰਾਜ ਕਹਿੰਦੇ ਉਹ ਛਕਣ ਵਾਸਤੇ ਨੀ, ਸੱਚੇ ਨਾਮ ਕੀ ਲੱਗਦੇ ਭੁੱਖ। ਸੱਚੇ ਨਾਮ ਦੀ ਹਰ ਰੋਜ਼ ਅਨੰਦਪੁਰ ਸਾਹਿਬ ਵਿਖੇ ਆਸਾ ਦੀਵਾਰ ਦਾ ਕੀਰਤਨ ਹੁੰਦਾ ਸੀ, ਉਸੇ ਤਰ੍ਹਾਂ ਕੀਰਤਨ ਕਰੋ। ਸਤਿਸੰਗ ਜੀ ਦੇਖੋ, ਗੁਰੂ ਮਹਾਰਾਜ ਸਾਨੂੰ ਸਿੱਖਿਆ ਦੇ ਰਹੇ ਨੇ, ਸਿੱਖ ਦੇ ਜੀਵਨ ਦੇ ਵਿੱਚ ਉਤਰਾ ਚੜਾ ਜਿੰਨਾ ਮਰਜ਼ੀ ਆ ਜਾਏ ਪਰ ਨਿਤ ਨੇਮ ਵਿੱਚ ਫਰਕ ਨਹੀਂ ਪੈਣਾ ਚਾਹੀਦਾ। ਜਦ ਤੱਕ ਸਰੀਰ 'ਚ ਸਵਾਦ ਚੱਲਦਾ, ਭਾਵੇਂ ਢਿੱਲਾ ਹੋਵੇ ਭਾਵੇਂ ਬਿਮਾਰ ਹੋਵੇ ਜੋ ਮਰਜ਼ੀ ਹੋਵੇ, ਜਦ ਤੱਕ ਸਵਾਦ ਚੱਲਦੇ ਨੇ ਇਹਦੇ ਨੇਮ ਦੇ ਵਿੱਚ ਫਰਕ ਨਹੀਂ ਪੈਣਾ ਚਾਹੀਦਾ। ਜੇ ਨਹੀਂ ਪਏਗਾ ਤੇ ਫਿਰ ਮਹਾਰਾਜ ਦੀ ਵੀ ਕਿਰਪਾ ਬਣੀ ਰਹੇਗੀ। ਇਹ ਹੁਣ ਆਪਣੇ ਹੱਥ ਹੈ, ਜੇ ਨੇਮ ਪੂਰਾ ਰੱਖਣਾ, ਨਿਤਨੇਮੀ ਬਣ ਕੇ ਰਹਿਣਾ ਤੇ ਗੁਰੂ ਦੀ ਕਿਰਪਾ ਬਣੀ ਰਹੇਗੀ। ਤੇ ਜੇ ਨਿਤਨੇਮ ਕਦੀ ਕਰ ਲਿਆ, ਕਦੀ ਛੱਡਤਾ, ਕਦੀ ਕਰ ਲਿਆ, ਫਿਰ ਨਿਤਨੇਮੀ ਤੇ ਨਹੀਂ। ਆਪਾਂ ਦੱਸਿਆ ਮਹਾਰਾਜ ਵੇਖੋ, ਦੁਸ਼ਮਣ ਦੀ ਫੌਜ ਚੜ੍ਹ ਕੇ ਆ ਗਈ, ਜੰਗ ਹੋਣਾ ਸ਼ੁਰੂ ਹੋ ਗਿਆ। ਇੱਕ ਪਾਸੇ ਜੋੜੀ ਖੜਕਦੀ, ਇੱਕ ਪਾਸੇ ਢਾਲਾਂ ਤੇ ਕਿਰਪਾਨਾਂ ਖੜਕਦੀਆਂ ਤੇ ਅੱਗੇ ਖੜਕਦੇ ਪਏ। ਬਾਬਾ ਅਜੀਤ ਸਿੰਘ ਜੀ ਜੰਗ ਕਰਦੇ ਪਏ ਨੇ, ਭਾਈ ਉਦੈ ਸਿੰਘ ਜੰਗ ਕਰਦੇ ਪਏ ਨੇ, ਕਈ ਇਤਿਹਾਸਕਾਰ ਕਹੇ ਭਾਈ ਬਚਿੱਤਰ ਸਿੰਘ ਜੀ ਜੰਗ ਕਰਦੇ ਪਏ ਨੇ। ਦਸਵੇਂ ਪਾਤਸ਼ਾਹ ਦੀ ਵਾਰ ਦਾ ਕੀਰਤਨ ਕਰਦੇ, ਸਮਾਂ ਨਾਗਰਿਕ ਜਾਣ ਕੇ ਜੇ ਆਸਾ ਦੀ ਵਾਰ ਦਾ ਭੋਗ ਪਿਆ। ਮਹਾਰਾਜ ਕਹਿਣਗੇ ਖਾਲਸਾ ਸਰਸਾ ਤੋਂ ਪਾਰ। ਸਰਸਾ ਵੀ ਪਹਿਲੀ ਵਾਰ ਇੰਨੀ ਭਰ ਭਰ ਕੇ ਵਗਦੀ ਸੀ, ਉਸ ਤੋਂ ਬਾਅਦ ਕਦੀ ਸਰਸਾ ਭਰ ਕੇ ਨਹੀਂ ਵਗੀ। ਇੱਕ ਨਿਹੰਗ ਸਿੰਘ ਉੱਥੇ ਸਰਸਾ ਤੇ ਕੰਢੇ ਤੇ ਖੜਾ ਸੀ ਤੇ ਕੋਈ ਲੰਘ ਰਹੇ ਸੀ ਸਤਪੁਰਸ਼, ਕਿੰਨਾ ਚਿਰ ਦਿਲ ਦੇਖਦੇ ਰਹੇ, ਚੁੱਕ ਚੁੱਕ ਕੇ ਰੋੜੇ ਮਾਰੀ ਜਾਂਦਾ ਸੀ ਸਰਸਾ ਦੇ ਵਿੱਚ ਵਗਾ ਵਗਾ ਕੇ। ਪੁੱਛਿਆ ਬਾਬਾ ਕੀ ਗੱਲ, ਕਿਉਂ ਮਾਰਦਾ ਪੈ? ਕਹਿੰਦੇ ਚੰਦਰੀ ਸਰਸਾ ਨੇ ਮੇਰੇ ਗੁਰੂ ਦਾ ਸੋਹਣਾ ਪਰਿਵਾਰ ਵਿਛੋੜ ਕੇ ਰੱਖ ਦਿੱਤਾ। ਇਹ ਚੰਦਰੀ ਸਰਸਾ ਨੇ ਮੇਰੇ ਗੁਰੂ ਦਾ ਸੋਹਣਾ ਪਰਿਵਾਰ ਵਿਛੋੜ ਦਿੱਤਾ। ਉਦਣ ਹੀ ਭਰ ਕੇ ਸਰਸਾ ਵੀ ਜ਼ੁਲਮ ਨੂੰ ਵੇਖ ਕੇ ਕਰੋਪ ਹੋਈ ਸੀ, ਜ਼ੁਲਮ ਨੂੰ ਵੇਖ ਕੇ ਸਰਸਾ ਵੀ ਕਰੋਪ ਸੀ। ਜਿਵੇਂ ਸਾਹਿਬਜ਼ਾਦਿਆਂ ਦਾ ਜਦੋਂ ਦਿਨ ਆਉਂਦਾ ਨਾ, ਕੁਦਰਤ ਵੀ ਰੋਂਦੀ। ਸਤਿਸੰਗ ਜੀ, ਇਸ ਬੰਦਾ ਭਾਵੇਂ ਫੀਲ ਨਾ ਕਰੇ, ਅਸੀਂ ਭਾਵੇਂ ਨਾ ਉਹ ਦੁੱਖ ਨੂੰ ਮਹਿਸੂਸ ਕਰੀਏ, ਆ ਕੁਦਰਤ ਨੇ ਵੇਖਿਆ ਸਵੇਰੇ ਕਿੰਨੀ ਜ਼ੋਰਾਂ ਦੀ ਠੰਡ ਸੀ। ਉਹ ਟਾਈਮ ਸੀ ਸਾਹਿਬਜ਼ਾਦਿਆਂ ਦਾ ਸ਼ਹਾਦਤ ਦਾ, ਸ਼ਹਾਦਤ ਟਾਈਮ ਸੀ ਸਾਹਿਬਜ਼ਾਦਿਆਂ ਦਾ। ਇਹ ਦਿਨਾਂ ਵਿੱਚ ਸਾਡੇ ਬਜ਼ੁਰਗ ਕਹਿੰਦੇ ਨੇ ਕਿ ਠੰਡ ਵੱਧਦੀ ਵੱਧਦੀ ਹੈ, ਕਿਉਂ? ਅੱਜ ਤੱਕ ਆਪਾਂ ਕਹਿੰਦੇ ਉਦੋਂ ਸ਼ਹੀਦ ਹੋਏ ਸੀ ਜਿਹੜੇ ਆਪਣੇ ਤਨ ਤੇ ਹੰਡਾਉਣ ਵਾਲੇ ਨੇ, ਅੱਜ ਵੀ ਉਹ ਦਿਨਾਂ ਚ ਪੁੰਜੇ ਪੈਂਦੇ ਨੇ। ਸਤਸੰਗ ਜੀ, ਪੁੰਜੇ ਵੀ ਗੁਰੂ ਕੇ ਲਾਲ ਸਾਡੇ ਇਹ ਦਿਨਾਂ ਵਿੱਚ ਪੁੰਜੇ ਪੈਂਦੇ ਰਹੇ ਨੇ, ਥੱਲੇ ਪੈਂਦੇ ਰਹੇ ਨੇ ਤੇ ਸਰਦੀ ਵਿੱਚ। ਤੇ ਇਹ ਦਿਨਾਂ ਵਿੱਚ ਸਿੱਖ ਮਨਾਵੇ ਖੁਸ਼ੀਆਂ, ਸਿੱਖ ਰੱਖੇ ਵਿਆਹਾਂ ਦੀਆਂ ਤਰੀਕਾਂ, ਸਿੱਖ ਕਰੇ ਸ਼ੋਪਿੰਗ, ਸਿੱਖ ਕਰੇ ਬਸਤਰ ਖਰੀਦੇ। ਜਿੱਦਣ 7 ਤੇ 9 ਸਾਲ ਦੇ ਘਰ ਕੋਈ ਪੂਰੇ ਹੋਣ ਨਾ, ਉਦਣ ਸ਼ੋਪਿੰਗ ਕਰੇ ਬੜੀ ਵਧੀਆ ਲੱਗੇਗੀ। ਉਦਣ ਬਸਤਰ ਸੂਟ ਖਰੀਦੇ, ਉਦਣ ਸ਼ਹਿਰ ਘੁੰਮੇ, ਉਦਣ ਮਠਿਆਈਆਂ ਖਾਵੇ, ਪਤਾ ਲੱਗੇਗਾ ਫਿਰ ਵੀ ਚੰਗੀਆਂ ਲੱਗਦੀਆਂ ਨੇ, ਘਰ ਉਤਰ ਪਿਆ ਪੂਰਾ। ਇਹ ਅਸੀਂ ਦਸਵੇਂ ਪਾਤਸ਼ਾਹ ਮਤਲਬ ਹੀ ਹੋ ਗਏ ਗੁਰੂ ਦੇ ਸਿੰਘ ਅਸੀਂ। ਨਹੀਂ ਨਹੀਂ ਪਿਆਰੇ, ਉਹ ਮਹਿਸੂਸ ਕਰਿਆ ਕਰੋ, ਇਹ ਦਿਨਾਂ ਬੜੇ ਅਫਸੋਸ ਦੇ ਦਿਨ ਨੇ, ਬੜੇ ਸੋਗ ਦੇ ਦਿਨ ਨੇ। 8 ਪੋਹ ਤੋਂ ਲੈ ਕੇ 13 ਪੋਹ ਤੱਕ ਇੱਕ ਸਾਲ ਵਿੱਚ 5 ਦਿਨ ਜ਼ਰੂਰ ਵਿਚਾਰਿਆ, ਵਿਆਹ ਸ਼ਾਦੀ ਸਭ ਕੁਝ, ਫੰਕਸ਼ਨ ਪਾਰਟੀ ਸਭ ਛੱਡ ਦੋ ਗੁਰੂ ਵਾਸਤੇ। ਜੇ ਗੁਰੂ ਦੀ ਖੁਸ਼ੀ ਲੈਣੀ ਹੈ, ਜੇ ਪਿਆਰ ਹੈ ਤੁਹਾਨੂੰ ਸ਼ਹੀਦਾਂ ਨਾਲ, ਫਿਰ ਆਪਣੇ ਕੰਨ ਤੇ ਜ਼ਰੂਰ ਫੀਲ ਕਰੋ, ਆਪਣੇ ਬੱਚਿਆਂ ਤੇ ਲਾ ਕੇ ਵੇਖੋ। ਮੇਰਾ ਵੀ ਇੰਨਾ ਕੁ ਬੱਚਾ ਸੀ, ਮੇਰੇ ਵੀ ਜਿਹੜੇ ਪੋਤਰੇ ਵੀ ਬੱਚੇ ਕਿਤੇ ਲਾ ਕੇ ਮਹਿਸੂਸ ਕਰਕੇ ਵੇਖ ਪਿਆਰਿਆ।
इस करके सासा जी महाराज ने जो कहा सरसा तो पार हो जाओ, फिर ठत्ती सिंह महाराज ने ते बाबा जी सिंह बाबा जुझार सिंह ते गुरु गोबिंद सिंह आप 43 पार होए ते बड़ा महाराज का खजाना साहित्य जिहड़ा साडा सी इतिहास सरसा दे प्रवाह हो गया। बड़े सिंह सरसा तो सरसा दे वह विच बह गए ते बड़िया नूं फट होए सी। इस करके सतसंग जी बड़े शहीद हो गए, उत्थे जंग भी होया बड़ा घमसान दा। इत्थे कई हिस्सों विच महाराज दा सोहना परिवार, एक तां दसवें पातशाह दे नाल दो साहिबजादे ठत्ती सिंह इह गए गढ़ी चमको रोपड़ वल नूं गए महाराज, जिथे तपदा पठा ठारिया, जिथे निहंगखां कोटला दे घर भाई पचित्र सिंह इन्ने जख्मी सी सतसंग जी घोड़े ते मुद्दा पा के लै के गए सी महाराज, जंग करते करते खून ही सारा बह गया सी शरीर दा, इन्ने फट बाहां ते छाती ते सारे पासे। भाई बचित्र सिंह दे असां थपड़े हाथी नाल मुकाबला करदे सी, मर घोड़े ते पुठा पा के उह घोड़ा सी भाई बुढ़ा सिंह, इह सिख है महाराज दा खालसा, उहदे घोड़े ते मुद्दा पा के लगे ते निहंग खां नूं कहिंदे जे बच गया सेवा करी ठीक है, जे ना बचा फिर इहदा संस्कार सत्कार सहित कर दे। मगरों आईयां सी फौजां ते उहदी धी मुमताज बैठी सी कोल, कहिंदा उह कौन बैठा है, कहिंदे उह मेरा जवाई अंदर ते मेरी धी, उह मंगी हुई सी मुमताज बस्सी पठाणा सरहंद फतेहगढ़ साहब गए होंगे आपां, थोड़ा जाके 2-4 किलोमीटर अगे बस्सी पठाणा हुंदा उत्थे मंगी हुई सी। पिता ने निहंग खां ने धीए तेरा निकाह का दिन रख लिए, अपने ब्याह का दिन निकाह कहते, कहते नहीं पिता जी जो तुसी कहा सी ना मेरा जवाई पिया, मैं उदों तों ही मन लिया, भावे वह पूरा हो गया भाई पचित्र सिंह शरीर छड गया, पर हुण मैं जबान तो पति नहीं किसे नूं कहना, बाणी पढ़ के सिमण करके जिंदगी गुजार दांगे, पर ब्याह नहीं करांगा। मुसलमानां दीआं धीआं ਕਿਵੇਂ ਆਪਣਾ ਜੀਵਨ ਨਿਸ਼ਾਵਰ ਕੀਤਾ ਗੁਰੂ ਤੋਂ, ਮੁਸਲਮਾਨਾਂ ਨੇ ਵੀ ਕੀਤਾ ਜਿਹੜੇ ਸਤਸੰਗ ਜੀ ਸਤਿਗੁਰ ਨੂੰ ਖੁਦਾ ਵੱਲ ਕਰੀਬ ਸਮਝਦੇ ਸੀ। ਅੱਗੇ ਆਏਗਾ ਇਤਿਹਾਸ ਪਰ ਆਪਾਂ ਉੱਧਰ ਜਾਣਾ ਨੀ, ਗਨੀ ਖਾਨ ਨੰਬੀ ਖਾਨ ਫਿਰ ਕਿਸੇ ਦਿਨ ਮੌਕਾ ਮਿਲਿਆ ਜ਼ਰੂਰ ਪ੍ਰਸੰਗ, ਕਿਉਂਕਿ ਸਤਸੰਗ ਜੀ ਪ੍ਰਸੰਗ ਸੁਣਾ ਸਕਦੇ ਪਰ ਆਪਣਾ ਇਹ ਪ੍ਰਸੰਗ ਜਿਹੜਾ ਅੱਜ ਦਾ ਬਣਦਾ ਹੈ ਜ਼ਰੂਰੀ ਹੈ। ਇੱਥੇ ਸਰਸਾ ਨਦੀ ਤੇ ਫਿਰ ਦੂਜਾ ਹਿੱਸਾ ਪਰਿਵਾਰ ਦਾ ਸ਼ਹੀਦ ਭਾਈ ਮਨੀ ਸਿੰਘ ਨਾਲ ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਦਿੱਲੀ ਵੱਲ ਨੂੰ ਚਲੇ ਗਏ, ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਨਾਲ ਚੌਂਤੇ ਪਿੰਡ ਵੱਲ ਨੂੰ ਕੁੰਮਾ ਮਾਜਕੀ ਦੀ ਝੁੱਗੀ ਵੱਲ ਨੂੰ ਚਲੇ ਗਏ। ਇੱਥੇ ਮਹਾਰਾਜ ਦੇ ਸੋਹਣੇ ਪਰਿਵਾਰ ਦਾ ਐਸਾ ਵਿਛੋੜਾ ਹੋਇਆ, ਵੱਡੇ ਵੀਰ ਛੋਟਿਆਂ ਨੂੰ ਨਹੀਂ ਮਿਲੇ, ਛੋਟੇ ਵੱਡਿਆਂ ਨੂੰ ਨਹੀਂ ਮਿਲੇ, ਮਾਤਾ ਗੁਜਰ ਕੌਰ ਆਪਣੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਹੀਂ ਮਿਲੀ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਪਣੀ ਮਾਤਾ ਗੁਜਰ ਕੌਰ ਨਹੀਂ ਮਿਲੀ। ਇੱਥੇ ਛੋਟੇ ਛੋਟੇ ਮਹਾਰਾਜ ਦੇ ਲਾਲਾਂ ਦਾ ਸਰਸਾ ਨਦੀ ਤੇ ਵਿਛੋੜਾ ਪੈਗਾ, ਸਰਸਾ ਨਦੀ ਤੇ ਵਿਛੋੜਾ I'm not afraid of the dark.
माता गुजर कौर जी छोटे साहबजादियां दे नाल कुंभा मास्की दी झुग्गी विच पहुंच गए ने। थोड़ी जी तवज्जो दे दो भाई, आनंद तां ही होना गुरु दे इतिहास दा। शहीदी दासाने दे विच तां इक मन होके जुड़ के बैठ गए। कुंभा मास्की दी झुग्गी च पहुंच गए ने महाराज माता जी, माता गुजर कौर। एक कुंभा मास्की ने बड़ी सेवा की माता जी दी, गुरु दे लाला ने बड़ी सेवा की। कई कहते इन्हें घर वाली सी लक्ष्मी, कई ने लिखे इन्हें गवंडन सी। उन्हें गर्म पानी करके हाथ पैर धवाए, जल पानी छकाया, मसरा की दाल बनाई साहबजादिया वास्ते, छोटिया वास्ते दाल बना के प्रशादा बना के छकाया। सतसंग जी बिस्तरा लाया, माता जी लंबे पै गए। ये दोवें साहबजादे आनंदपुर साहब जदों माता जीत कौर सचखंड चले गए सी, पौने दो साल दा सी बाबा फतेह सिंह। माता गुजर कौर अपनी दादी नाल कहिंदा सी ते वड्डा वी बाबा जोरावर, दोवें प्यार करदे सी। हर रोज दा नेम इहनां दा बण चुका सी कि दादी नाल ही सोणा है। अज भी दादी नाल पए हुए ने। अल्लाह यार खां जोगी लिखदा दोवें आपस च ना गल्लां करदे, इक उस पासे बैठा है लम्मा पिया इक उस पासे। दादी से पूछा अपने सिपाही किधर गए, दरिया पे हमको छोड़ के राही किधर गए, तड़फा के हाय सुरत माही किधर गए, अब्बा बघा के लश्कर शाही किधर गए। दादी नूं पुछदे ने अल्लाह यार खां जोगी लिखदा उस वेले दे हाल। दादी नूं पुछया अपने सिपाही किधर गए, दरिया ते अपने नाल राही सी किन्ने जाने किधर गए, तड़पा के सुरत माही साडे सतगुरु जी किधर गए। जेड़े इक सकिंट नहीं ओह लिओ सकदे सतसंग जी, इक सकिंट। कहते माता गुजर कौर के बच्चों पोतरिया पढ़ा सी भाई धन्ना सिंह। एक दिन बच्चे खेडते खेड के दूर लंघ गए, माता ने बड़ी झिड़क दी। फिर थोड़े दिन लंघे, फिर लंघ गए, माता बड़ी सख्त होके दसवें पातशाह कोल आए, चुप करके देखते रहे। माता कहती लाल जी कोई गलती हुई है, मेरे तो कुछ बोलिया गया नहीं। मां अज थोड़ा जा चिर दूर होए ने, तू रोज करदी रह नहीं सकती पुत्रियां बगैर। जिदन अलग अलग लहदा लहदा हो गए, उदन मिलना ही नहीं। इस करके सतसंग जी दादी नूं पुछदे ने अब्बा बघा के लश्कर शाही किधर गए, साडे अब्बू जान साडे पिता जी गुरु पिता जी किधर चले गए। अगो दादी जवाब दिंदी, दादी कहती है जोरावर सिंह जी, फतेह सिंह जी, वो जिहड़े तुहाडे वीर ने, जिवें अगे नहीं जांदे सी पिता नाल रण तत्ते च, जंग च जांदे सी, जूझदे सी, जांदे सी, अज भी जंग च ही गए हुए ने।
अल्लाह यार खान जोगी लिखदा के कहिंदे फिर साहिबजादे ने जवाब दिता, भाई हमें भूल गए, शौक जग में अपना ख्याल तक नहीं, जौक भंग में। कहिंदे सानू भुल गए जग विच जागरण दित्ते वी साडे छुट्टे सासनी चार साहिबजादे लहदा नहीं हुंदे सी, इन्ना प्यार ज्यादा सी। जदों इस तरह गल्लां बच्चे कर रहे ने ते अगे अल्लाह यार का होर वार्ता लिखदा साहिबजादे, इह सतगुरु दी दाती गल है। कहिंदे जग रण जीत, जग रण अजीत के जब तस्वीर तसरीफ लाएंगे। बाबा फतेह सिंह जी कहते, बाबा जोरावर सिंह बलबले मोहला यार खान जोगी कहते, जग रण अजीत जीत के तसरीफ लाएंगे, अब्बा के साथ जिस घड़ी जुझार आएंगे, करके गिला हर एक से हम रूठ जाएंगे, मात कभी पिता कभी भाई मनाएंगे। वाह कमाल लिखे अल्लाह यार, ये तो पुत्र वाले बच्चे वाले महसूस कर सकते ने। दोवे साहिबजादे कहते ने जो जंग जित के ना साडा वड्डा की पता होना ही नहीं, उन्हें ये नहीं पता अगले दिन उन्हें शहीद होना अट को। बाबा जीत सिंह जब जंग रण अजीत जीत के आएंगे, तशरीफ लाएंगे, अब्बा के साथ जुझार जिस घड़ी जुझार आएंगे, करके गिला हर एक से हम रूठ जाएंगे। बाबा फतेह सिंह कहते रूठ जाएंगे, बोलांगे नहीं उन्होंने, बोलांगे नहीं भी तुसी कितने सानू छड़ के तुर गए, असी नहीं बोलना। कहते मात कभी पिता कभी, किते माता किते पिता, फिर किते बाबा जीत सिंह जी भाई मनाएंगे, वो बनाउणगे सानू भी कोई नहीं। हुण मन जो तुसी हुण इन्ना भी गिला ना करो, इन्ने भी रुठ ना जाओ, मन जो। ते अगे लिखदे ने अल्लाह यार खान जोगी कहिंदे, गले लगा के कहेंगे वो हमें बार बार, मान जाओ लेकिन हम नहीं मानेंगे जीन हार। कहते सानू गले ला ला के बाबा जीत सिंह जुझार सिंह कहेंगे हुण मन जो कोई भी, कहते लेकिन हम नहीं मानेंगे जीन हार। जीन हार कहते बिलकुल बिलकुल नहीं मानेंगे। इत्थे बस नहीं, अल्लाह यार खान जोगी ने क्या दर्द भरता बराग इन्ना। कहते चलो जे असीं मन भी गए, अल्लाह यार खान जोगी कहता भी छोटे साहिबजादे कहते बाबा जोरावर सिंह बाबा फतेह सिंह बस इकरार प्रोमिस करांगे उन्होंने, ए नहीं मनांगे, असीं प्रोमिस करांगे, इकरार लवांगे, इकरार लेंगे हम, बुलाना ना फिर कभी, बुलाना ना फिर कभी, बारे दिगर तड़पा के सताना ना फिर कभी, हमको अकेले छोड़ के जाना ना फिर कभी, कह देते हैं यूं हमको रुलाना ना फिर कभी। अल्लाह यार का जोगी कहता है साहिबजादे छोटे कह रहे हैं इकरार लवांगे उन्हां तों, सानू एवें कदी भुलाना नहीं, इनू बारे दिगर बार बार सानू छड़ के एवें ना जाएगा, हमें अकेले छोड़ के जाना ना फिर कभी। तेगी कहते ने कह देते हैं यूं हमको रुलाना ना फिर कभी। ऐ साहिबजादे आपस च गल्लां कर, बाबा जोरावर सिंह बाबा फतेह सिंह, जदों बाबा फतेह सिंह जोरावर सिंह गल्लां करदे ने, माता ने सुनी गल, माता गुजर कौर ने सुनी, सास जी बच्चे दे मन भर आउंदे ने एवें दी गल्लां सुन, अजी कोई पत्थर दे रहे इंसान थोड़ा भी सानू कोई दर्द नहीं, भी साडा पोतरा बीमार है बुखार नहीं लत्या, वो तेन दर्द है दसवें आले दसवें पातशाह दे इन्हां दिनां विच साहिबजादे को के शहीद कीते जांदे ने, तेन दर्द नहीं है, किवें दा बंदा है, बंदा नहीं है,
तू समझ नहीं रहा अपने गुरु दे साहिबजादे दे नाल की सब हाल पिछे कदी फील करया कर प्यारे इथों सा संगी फिर गंगू बामण मिलदा सवेरे जेड़ा रसोईया रे गुरु घर दा नौकर गुरु घर दा चाकर जेड़ा प्रसादे बनांदा सी ब्राह्मण गंगू ब्राह्मण सवेरे मिल गया कहिंदे माता जी मैं तुहाडा नौकर चलो घर महफूस रहोगे तुसीं ले गया घर देखे माता को मोहरा आया सच्चे पास माता दे कोल घर जाके बिस्तर लाया हाथ पैर धोया उहदी माता ने बड़ी सेवा कीती अद्धी रात फिर पैर बोझ बोझ के रखदा माया चुकण वास्ते आ गया सा संगी इत्थे मावां बैठियां ने जेड़े रोज जांदे ने काम ते शाम नूं आज किते दो घंटे लेट हो जाए फोन कर करके पुछदियां ने आया क्यों नहीं तो जेड़ी मां दा सारा परिवार हीरियां वर्गा बिछड़ गया होवे ते मिलण दी आस ना होवे उहनूं नींद पै सकदी किते नहीं नींद आई नहीं माता कहण लगी ओ गंगिया साडे घर दा खा के हराम कीता जो ਤੁਹਾਡੀ कोई बात नहीं लेंदे सी आके गल च पल्ला पा के मेरे पति गुरु तेग बहादुर अगे तरले कढ़दा सी मैनूं काम दे दो मेरे बच्चे पल जाण एक घर दा खा के तू आराम कर लगा त्रहो कमाया तू कर लिया के दगा कमाया कर लिया के नमोशी ने दरिया विच डुब गए लोकी की कहणगे घर दा खा के की सब ਹੁਣ ਹੋਰ ਹੀ ਗੱਲਾਂ ਕਰਨਾ ਤੁਹਾਨੂੰ ਘਰ ਥਾਂ ਦਿੱਤੀ ਬਾਗੀ ਦੇ ਪੁੱਤਰ ਹੋ ਤੁਸੀਂ ਸਰਕਾਰ ਤੁਹਾਨੂੰ ਬਾਗੀ ਸਮਝਦੀ ਹੈ ਨਾਲੇ ਤੁਹਾਨੂੰ ਪਨਾਹ ਦਿੱਤੀ ਮੈਨੂੰ ਇਹ ਨਾਮ ਦਿੱਤਾ ਤੁਸੀਂ ਮੈਂ ਹੁਣੇ ਜਾਣਾ ਮਰਿੰਡੇ ਜਾ ਕੇ ਸ਼ਿਕਾਇਤ ਕਰਨਾ ਕੋਤਵਾਲ ਨੂੰ ਸਾ ਸੰਤੀ ਉਹਦੀ ਮਾਂ ਨੇ ਵੀ ਲਾਣਤਾਂ ਪਾਈਆਂ ਇਹ ਬਚਨ ਜਿਹੜੀ ਮਾਂ ਕਦੇ ਅੱਕ ਕੇ ਕਹਿੰਦੀ ਪੁੱਤਰ ਨੂੰ ਉਹ ਕਹਿੰਦੀ ਇਸ ਤੋਂ ਚੰਗਾ ਤੂੰ ਨਿਰਭੁੱਖ ਤੋਂ ਜਨਮ ਹੀ ਨਾ ਲੈਂਦਾ ਤੇ ਰਾਜ ਮਾਤਾ ਸਾਡੇ ਘਰ ਆਈ ਗੁਰੂ ਦੇ ਸਾਹਿਬਜ਼ਾਦੇ ਸਾਡੇ ਘਰ ਆਏ ਤੂੰ ਧਰੋਹ ਕਮਾਉਣ ਲੱਗਾ ਉਹਨਾਂ ਨਾਲ ਇਸ ਤਰ੍ਹਾਂ ਮਾਂ ਨੇ ਉਹਨੂੰ ਲਾਣਤਾਂ ਪਾਈਆਂ ਗੰਗੂ ਨੂੰ ਜਦੋਂ ਨਾਮ ਮੁੜਿਆ ਗੰਗੂ ਪਾਪੀ ਆ ਮੈਂ ਤੈਨੂੰ ਤਰਸੇ Thank you.
ਪਿੰਡੇ ਜਾ ਕੇ ਕੋਟਵਾਲ ਨੂੰ ਸ਼ਿਕਾਇਤ ਕਰ ਦਿੱਤੀ ਤੋ ਸਿਪਾਹੀ ਆਏ ਜਾਨੀ ਖਾਂ ਮਾਨੀ ਖਾਂ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕੀਤਾ ਸੱਤਾਂ ਤੇ ਹੱਥ ਖੜੀਆਂ ਪਾਈਆਂ ਜੰਜੀਰਾਂ ਨਾਲ ਦੋ ਅੱਧਿਆਂ ਦੇ ਕਰਕੇ ਕੱਸ ਦਿੱਤੇ ਗਏ ਸਤਸੰਗ ਜੀ ਪੋਹ ਦੇ ਤੇ ਸਰਦੀ ਦੇ ਦਿਨ ਸੀ ਠੰਡਾ ਠੰਡ ਇੰਨੀ ਸੀ ਕਿ ਹੱਥ ਨੀਲੇ ਹੁੰਦੇ ਸੀ ਕੋਈ ਗਰਮ ਕੱਪੜਾ ਵੀ ਨਹੀਂ ਸੀ ਜਦੋਂ ਜੰਜੀਰਾਂ ਨਾਲ ਘੁੱਟ ਕੇ ਬੰਨਿਆ ਇੱਥੋਂ ਖੂਨ ਸਿਮਣਾ ਕੋਮਲ ਹੱਥ ਸੀ ਸਾਹਿਬਜ਼ਾਦਿਆਂ ਦੇ ਫਿਰ ਪੈਰਾਂ ਦੇ ਵਿੱਚ ਬੇੜੀਆਂ ਪਾਈਆਂ ਗਈਆਂ ਪੈਰਾਂ ਨੂੰ ਵੀ ਬੰਨਿਆ ਇਸ ਤਰ੍ਹਾਂ ਮਾਤਾ ਗੁਜਰ ਕੌਰ ਨੂੰ ਸਾਹਿਬਜ਼ਾਦਿਆਂ ਨੂੰ ਲੈ ਕੇ ਜਾ ਰਹੇ ਨੇ ਮਰਿੰਡੇ ਦੀ ਜੇਲ੍ਹ ਵਿੱਚ ਜਦੋਂ ਫਤਿਹਗੜ੍ਹ ਸਾਹਿਬ ਜਾਓਗੇ ਨਾ ਤੁਸੀਂ ਥੋੜਾ ਜਿਹਾ ਅੱਗੇ ਹੋਰ ਤੁਰਜਿਆ ਕਰੋ ਥੋੜੀ ਦੂਰ ਹੈ ਜੇਲ੍ਹ ਜ਼ਰੂਰ ਦਰਸ਼ਨ ਕਰਕੇ ਆਏਗਾ ਜਿੱਥੇ ਮਾਤਾ ਜੀ ਨੂੰ ਰੱਖਿਆ ਗਿਆ ਸਾਹਿਬਜ਼ਾਦਿਆਂ ਇੱਥੋਂ ਫਿਰ ਅਗਲੇ ਦਿਨ ਲੈ ਕੇ ਗਏ ਸਰਹੰਦ ਸੁਸ਼ਾਸਨ ਜੀ ਸਰਹੰਦ ਜਾ ਕੇ ਜਦੋਂ ਸੂਬੇ ਨੂੰ ਸੁਨੇਹਾ ਮਿਲਿਆ ਦਸ ਪੋਹ ਦਾ ਦਿਨ ਸੀ ਇੱਧਰ ਆ ਜੰਗ ਕਰਕੇ ਵਾਪਸ ਆ ਰਹੇ ਸੀ ਗੜੀ ਵਾਲਾ ਜੰਗ ਕਰਕੇ ਸੂਬਾ ਸਾਹਿਬ ਕਾਫੀ ਉਦਾਸ ਕਾਫੀ ਉਪਰਾਮ ਦੁਖੀ ਸੀ ਸੱਤ ਅੱਠ ਮਹੀਨੇ ਹੋ ਗਏ ਜੰਗ ਕਰਦਿਆਂ ਨੂੰ ਗੜੀ ਚਮਕੌਰ ਫਿਰ ਸਰਸਾ ਨਦੀ ਤੇ ਫਿਰ ਮੇਰੀ ਹਾਰ ਹੀ ਹਾਰ ਜਿੱਤ ਫਿਰ ਕਲਗੀਆਂ ਵਾਲੇ ਪਾਤਸ਼ਾਹ ਦੀ ਭਾਵੇਂ ਚਾਲੀ ਕੁ ਸਿੰਘ ਸੀ ਮੈਂ ਲੱਖਾਂ ਫੌਜ ਲਾ ਦਿੱਤੀ ਬੜਾ ਉਦਾਸ ਹੈ ਜਦੋਂ ਆ ਕੇ ਖਬਰ ਮਿਲੀ ਗੁਰੂ ਦੇ ਛੋਟੇ ਸਾਹਿਬਜ਼ਾਦੇ ਮਾਤਾ ਗ੍ਰਿਫਤਾਰ ਕਰ ਲਏ ਗਏ ਨੇ ਖੁਸ਼ ਹੋਇਆ ਕਹਿਣਗੇ ਹੁਣ ਆਉਣਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਤਸੀਹੇ ਦਿੱਤੇ ਜਾਣਗੇ ਨਾ ਛੋਟੇ ਲਾਲਾ ਨੂੰ ਸਾਹਿਬਜ਼ਾਦਿਆਂ ਨੂੰ ਮਾਤਾ ਨੂੰ ਆਪੇ ਆਉਣਗੇ ਕਹਿਣਗੇ ਹੁਕਮ ਕਰ ਦਿੱਤਾ ਠੰਡੇ ਬੁਰਜ ਵਿੱਚ ਬੰਦ ਕਰ ਦਿੱਤਾ ਜਾਵੇ ਠੰਡੇ ਬੁਰਜ ਵਿੱਚ ਬੰਦ ਕਰ ਦਿੱਤਾ ਹੁਣ ਠੰਡਾ ਬੁਰਜ ਦਾ ਨਾਮ ਕਿਉਂ ਸੀ ਇਹ ਸੂਬਾ ਸਰਹੰਦ ਵਜ਼ੀਰ ਖਾਂ ਜੇਠਾੜ ਗਰਮੀਆਂ ਦੇ ਦਿਨ ਵਿੱਚ ਜਦੋਂ ਗਰਮ ਹਵਾ ਚੱਲਦੀ ਸੀ ਨਾ ਇਹ ਉੱਚਾ ਸੀ ਤੇ ਇਹਦੇ ਨਾਲ ਪਾਣੀ ਛੱਡ ਦਿੱਤਾ ਜਾਂਦਾ ਸੀ ਹਵਾ ਪਾਣੀ ਨੂੰ ਟੱਚ ਹੋ ਕੇ ਜਿਹੜੀ ਗਰਮ ਹਵਾ ਸੀ ਠੰਡੀ ਹੋ ਕੇ ਲੱਗਦੀ ਸੀ ਠੰਡਾ ਬੁਰਜ ਦਾ ਨਾਮ ਤਾਂ ਹੈ ਤੇ ਮਾਤਾ ਕਿਹੜੇ ਮਹੀਨੇ ਸੀ ਪੋਹ ਦੇ ਬਰਫ ਤਰ੍ਹਾਂ ਹਵਾ ਪੈਂਦੀ ਸੀ ਤੇ ਹੱਡਾਂ ਨੂੰ ਚੀਰਦੀ ਸੀ ਇੰਨੀ ਤੇਜ਼ ਠੰਡੀ ਹਵਾ ਸੀ ਤੇ ਕੋਈ ਕੋਲ ਗਰਮ ਕੱਪੜਾ ਨਹੀਂ ਸੀ ਮਾਤਾ ਦੇ ਕੋਲ ਕਹਿੰਦੇ ਇੱਕ ਮਾਤਾ ਗੁਜਰ ਕੌਰ ਬਿਰਗ ਦੂਜੇ ਮਾਸੂਮ ਬੱਚੇ ਤੀਜੀ ਕਹਿਰਾਂ ਦੀ ਸਰਦੀ ਚੌਥਾ ਠੰਡਾ ਬੁਰਜ ਜਿਨ੍ਹਾਂ ਤੇ ਸਮਾਇਆ ਉਹਨਾਂ ਨੂੰ ਪਤਾ ਆਪਾਂ ਤਾਂ ਦੋ ਕੰਬਲ ਲੈ ਕੇ ਸੌ ਜਾਂਗੇ ਇੱਕ ਜੇ ਠੰਡ ਲੱਗੇ ਦੋ ਲੈ ਲਾਂਗੇ ਕਿਤੇ ਅੱਜ ਪੈ ਕੇ ਵੇਖੇ ਥੱਲੇ ਪਤਾ ਲੱਗਦਾ ਮਹਿਸੂਸ ਕਰੇ ਭਾਵੇਂ ਅੰਦਰ ਹੀ ਕਮਰੇ ਚ ਬਹਿ ਜੇ ਵੇਖ ਲਓ ਆਪੀ ਪਤਾ ਮਹਿਸੂਸ ਕਰਾਂਗੇ ਵੀ ਹਾਂ ਕਿੰਨੀ ਠੰਡ ਹੋਣੀ ਉਹ ਤਾਂ ਬਾਹਰ ਬੁਰਜੇ ਸੀ ਕਿਤੇ ਠੰਡੇ ਬੁਰਜ ਕੋਲ ਜਾ ਕੇ ਰਾਤ ਨੂੰ ਦੋ ਘੰਟੇ ਬਹਿ ਕੇ ਵੇਖੋ ਉਹਨਾਂ ਨੇ ਤਾਂ ਤਿੰਨ ਰਾਤਾਂ ਲੰਘਾਈਆਂ ਨੇ ਸਾਹਿਬਜ਼ਾਦੇ ਨੇ ਤਿੰਨ ਰਾਤਾਂ ਇੱਕ ਦਿਨ ਦੋ ਘੰਟੇ ਬਹਿ ਕੇ ਠੰਡੇ ਬੁਰਜ ਕੋਲ ਬੈਠੀ ਬਹਿ ਕੇ ਵੇਖੀਏ ਮਹਿਸੂਸ ਕਰੀਏ ਤਨ ਤੇ ਹੰਡਾਈਏ ਵੀ ਧੰਨ ਗੁਰੂ ਦੇ ਸਾਹਿਬਜ਼ਾਦੇ ਸੀ ਕਿੰਨੀਆਂ ਉਮਰਾਂ ਸੱਤ ਤੇ ਨੌ ਸਾਲ ਤੇ ਮਾਤਾ ਬਜ਼ੁਰਗ ਕਹਿੰਦੇ ਨੇ ਬਜ਼ੁਰਗਾਂ ਨੂੰ ਠੰਡ ਜਲਦੀ ਲੱਗਦੀ ਬਜ਼ੁਰਗ ਨੂੰ ਤੇ ਬੱਚੇ ਨੂੰ ਸੁਸ਼ਾਸਨ ਜੀ ਇੱਥੇ ਮਾਤਾ ਸਾਰੀ ਰਾਤ ਪਾਠ ਪੜ੍ਹਾਉਂਦੀ ਰਹੀ ਵੱਡਿਆਂ ਦਾ ਇਤਿਹਾਸ ਸੁਣਾਉਂਦੀ ਰਹੀ ਬੜੇ ਤਕੜੇ ਇਮਤਿਹਾਨ ਬੜੇ ਤਕੜੇ ਪਰਚੇ ਪੈਣਗੇ ਬੜੇ ਤੁਹਾਨੂੰ ਲਾਲ ਦਿੱਤੇ ਜਾਣਗੇ ਡੁਲਾਇਆ ਜਾਣਾ ਡੋਲਿਓ ਨਾ ਕਹਿਣਗੇ ਮਾਤਾ ਨਹੀਂ ਡੁੱਲਾ ਸਵੇਰੇ ਸਿਪਾਹੀ ਆ ਗਏ ਲੈਣ ਵਾਸਤੇ ਮਾਤਾ ਨੇ ਤਿਆਰ ਕਰਕੇ ਪਹਿਲਾ ਦਿਨ ਕਚਹਿਰੀ ਵਿੱਚ 11 ਪੋਹ ਦਾ ਮਾਤਾ ਨੇ ਤੋਰ ਦਿੱਤੇ ਅੱਗੇ ਜਾ ਕੇ ਦੇਖਿਆ ਉਹਨਾਂ ਨੇ ਵੱਡਾ ਦਰਵਾਜ਼ਾ ਬੰਦ ਕਰ ਦਿੱਤਾ ਛੋਟੀ ਖਿੜਕੀ ਜੀ ਜਿਹੜੀ ਸੀ ਛੋਟਾ ਦਰਵਾਜ਼ਾ ਉਹ ਖੋਲ ਦਿੱਤਾ ਕਹਿਣ ਤੋਂ ਭਾਵ ਮਰਿੰਡੇ ਦੇ ਕੋਤਵਾਲ ਨੇ ਸਾਰਿਆਂ ਨੇ ਜ਼ੋਰ ਲਾ ਲਿਆ ਸੀ ਮਨਾਉਣ ਵਾਸਤੇ ਈਨ ਮੰਨ ਲਓ ਈਨ ਮੰਨ ਲਓ ਉਹ ਕਹਿਣਗੇ ਝੁਕਣ ਵਾਲੇ ਕੋਨੀ ਇਹ ਨਹੀਂ ਝੁਕਦੇ ਜਿੰਨੇ ਮਰਜ਼ੀ ਤਸੀਹੇ ਦੇ ਲਓ ਤਸੀਹੇ ਅਸੀਂ ਉੱਥੋਂ ਸ਼ੁਰੂ ਕਰ ਦਿੱਤੇ ਨੇ ਗੰਗੂਕ ਦੇ ਘਰ ਤੋਂ
तोड़ के लिया, भुखे रखना सारी रात। सारी रात भुखे रखे गया साहबजादे, अगला दिन भुखे पाने। सीए दे के असि मना के वेख लिया, मने नहीं, ये नहीं चुकते। इनका मतलब यह सिद्ध होंगे वो चुका चाहते, बेसी तो पहली बार चुका देंगे। छोटी खिड़की खोली, चल जाओ कचहरी के विच, एक दूजे नूं सामने करके बाबा फतेह सिंह जोरावर सिंह अखां दे इशारे नाल समझा दिता, पहला अपने कोमल जोड़े पैरां दे विच किहड़े जोड़े पाए सी ना कड़वे, वो जोड़े रखे अंदर। संकेत पुत्र की सी, जिहड़े राज भाग दा तुसी माण करदे हो असीं इहनूं अपनी जुत्ती दी नोक दे बराबर समझदे हां। ਤੁਹਾਡੇ ਲਾਲਚਾਂ ਨੂੰ ਅਸੀਂ ਇਸ ਤਰ੍ਹਾਂ ਟੁਕੜਾ ਦਾਂਗੇ, ਜੁੱਤੀ ਦੀ ਨੋਕ ਦੇ ਬਰਾਬਰ ਸਮਝਾਂਗੇ। ਕੀ ਸੀ ਹੋਰ ਉੱਤਰ? ਨਮਸਕਾਰ ਤਾਂ ਸਾਡੀ ਜੁੱਤੀ ਵੀ ਨਹੀਂ ਤੁਹਾਨੂੰ ਕਰਦੀ, ਤੇ ਤਾਂ ਗੁਰੂ ਗੋਬਿੰਦ ਸਿੰਘ ਮਾਰਦੇ ਸਾਹਿਬਜ਼ਾਦੇ ਨੇ ਕਿਵੇਂ ਝੁਕ ਜਾਣਗੇ। ਫਿਰ ਸਾਹਿਬਜ਼ਾਦੇ ਅੰਦਰ ਦਾਖਲ ਹੋਏ, ਇੱਕ ਦੂਜੇ ਨੂੰ ਮੁਖਾਤਬ ਕਰਕੇ ਬੋਲੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਕਚਹਿਰੀ ਤੰਗ ਰਹਿ ਗਈ। ਕਮਾਲ ਦੀ ਗੱਲ, ਜਿੰਦਾ ਬੜੀਆਂ ਛੁੱਟੀਆਂ ਨੇ, ਹੌਸਲੇ ਬੜੇ ਬੁਲੰਦ ਨੇ, ਕੋਈ ਭੈਭੀਤ ਹੈ ਹੀ ਨਹੀਂ, ਕੋਈ ਡਰ ਹੈ ਹੀ ਨਹੀਂ ਇਹਨਾਂ ਦੇ ਚਿਹਰੇ ਤੇ। ਇੱਕ ਬੋਲਿਆ, ਕਹਿੰਦਾ ਇਹ ਤੁਹਾਡੇ ਪਿਤਾ ਦਾ ਆਨੰਦਪੁਰ ਸਾਹਿਬ ਦਾ ਦਰਬਾਰ ਨੀ ਜਿੱਥੇ ਫਤਿਹ ਬੁਲਾਉਂਦੇ ਆ? ਕਹਿੰਦੇ ਤੁਹਾਨੂੰ ਤਾਂ ਫਤਿਹ ਬੁਲਾਈ ਨੀ ਅਸੀਂ, ਤੁਸੀਂ ਜਿਹੜੀ ਫਤਿਹ ਨੂੰ ਰੋਕਣਾ ਚਾਹੁੰਦੇ ਹੋ ਨਾ, ਇਹ ਤਾਂ ਫਤਿਹ ਦਾ ਗੜ੍ਹ ਬਣੇਗਾ, ਫਤਿਹ ਗੜ੍ਹ ਸਾਹਿਬ। ਜਿਹੜੀ ਫਤਿਹ ਨੂੰ ਰੋਕਣਾ ਚਾਹੁੰਦੇ ਆ, ਫਤਿਹ ਤਾਂ ਗਜਰੀ ਇੱਥੇ ਤੇ ਸਦਾ ਹੀ ਰਹਿੰਦੀ ਦੁਨੀਆਂ ਤੱਕ, ਇੱਥੇ ਫਤਿਹ, ਫਤਿਹ ਦਾ ਗੜ੍ਹ ਬਣਨਾ ਹੈ, ਫਤਿਹ ਗੜ੍ਹ ਸਾਹਿਬ। ਇੱਥੇ ਸਤਸੰਗ ਜੀ ਪਹਿਲਾਂ ਪਿਆਰ ਨਾਲ ਸਾਹਿਬਜ਼ਾਦੇ ਨੂੰ ਸਮਝਾਏ ਜਾਂਦੇ, ਕਹਿਣਗੇ ਤੁਹਾਨੂੰ ਨਾਮ ਵੀ ਮਿਲਣਗੇ, ਤੁਹਾਨੂੰ ਜਾਇਦਾਦਾਂ ਵੀ ਮਿਲਣਗੀਆਂ, ਤੁਹਾਨੂੰ ਰੁਤਬੇ ਵੀ ਮਿਲਣਗੇ, ਤੁਹਾਨੂੰ ਅਸੀਂ ਆਪਣੀ ਧੀਆਂ ਬੇਗਮਾਂ ਦੇ ਡੋਲੇ ਵੀ ਦੇਵਾਂਗੇ, ਮੰਨ ਜੋ ਤੁਸੀਂ ਈਦ ਮੰਨ ਲਓ। ਔਰੰਗਜ਼ੇਬ ਬਾਦਸ਼ਾਹ ਤੁਹਾਨੂੰ ਬਹੁਤ ਸਤਿਕਾਰ ਬਖਸ਼ੇਗਾ। ਕਹਿੰਦੇ ਕਿਹੜੇ ਔਰੰਗਜ਼ੇਬ ਬਾਦਸ਼ਾਹ ਦੀ ਗੱਲ ਕਹਿੰਦੇ? ਸਰੂਬਾ ਸਰਹੰਦ ਨੂੰ ਕਹਿੰਦੇ ਨੇ, ਸਾਹਮਣੇ ਤਖ਼ਤ ਲੱਗਿਆ ਵਜ਼ੀਰ ਖਾਂ, ਉਹ ਔਰੰਗਜ਼ੇਬ ਦੀ ਗੱਲ ਕਰਦਾ ਜਿਹਨੇ ਆਪਣੇ ਸਕੇ ਪਿਓ ਨੂੰ ਜੇਲ੍ਹ ਵਿੱਚ ਰੱਖ ਕੇ ਤੜਫਾ ਤੜਫਾ ਮਾਰਿਆ, ਜਿਹਨੇ ਆਪਣੇ ਭਰਾਵਾਂ ਦੇ ਕਤਲ ਕਰਕੇ ਤਖ਼ਤ ਤੇ ਬਹਿੰਦਾ, ਜਿਹੜਾ ਸਕੀ ਭੈਣ ਨੂੰ ਤਸੀਹੇ ਦਿੰਦਾ, ਜਦੋਂ ਆਪਣਿਆਂ ਨੂੰ ਇਨਸਾਫ਼ ਨਹੀਂ ਮਿਲਿਆ, ਉਹ ਖਲਕਤ ਨੂੰ ਕੀ ਇਨਸਾਫ਼ ਦੋ, ਸਾਨੂੰ ਕੀ ਇਨਸਾਫ਼ ਦੇਗਾ? ਉਹ ਸਾਨੂੰ ਨਹੀਂ ਇਨਸਾਫ਼ ਦੇ ਸਕਦਾ। ਸਤਸੰਗ ਜੀ ਲਾਲਚ ਵੀ ਦਿੱਤੇ ਗਏ, ਬੜਾ ਕੁਛ ਹੋਇਆ, ਪਰ ਪਹਿਲਾ ਦਿਨ ਜਾ ਕੇ ਜਾਣ ਕੇ ਸਾਹਿਬਜ਼ਾਦਿਆਂ ਨੂੰ ਛੱਡ ਦਿੱਤਾ ਗਿਆ, ਚੁੱਕੇ ਨੀ ਸਾਹਿਬਜ਼ਾਦਿਆਂ। ਕਿਉਂ? ਪੰਜਵੇਂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਕਿਉਂਕਿ ਉਹ ਵੱਡਿਆਂ ਦਾ ਖੂਨ ਚੱਲਿਆ ਰਿਹਾ, ਜਿਹੜਾ ਪੜਦਾਦਾ ਨਾ ਸਾਹਿਬਜ਼ਾਦਿਆਂ ਗੁਰੂ ਹਰਗੋਬਿੰਦ, ਪੜਦਾਦੇ ਦਾ ਜਿਹੜਾ ਪਿਤਾ ਗੁਰੂ ਅਰਜਨ ਦੇਵ ਮਹਾਰਾਜ, ਜਿਹੜਾ ਪੜਦਾਦੇ ਦਾ ਦਾਦਾ ਹੈ ਉਹ ਗੁਰੂ ਰਾਮਦਾਸ ਮਹਾਰਾਜ, ਇਸ ਕਰਕੇ ਉਹ ਖੂਨ ਹੈ ਸਾਹਿਬਜ਼ਾਦਿਆਂ ਦੇ ਵਿੱਚ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ, ਗੁਰੂ ਹਰਗੋਬਿੰਦ, ਗੁਰੂ ਤੇਗ ਬਹਾਦਰ ਮਹਾਰਾਜ। ਗੁਰੂ ਅਰਜਨ ਦੇਵ ਨੇ ਬਚਨ ਕਹੇ ਸੀ, ਰੱਤੇ ਸਹੀ ਜੇ ਮੁੱਖ ਨਾ ਮੁਢਾਨ ਜਿਨੀ ਸੀ ਯਤਾਂ ਸਾਈ, ਕਹਿੰਦੇ ਝੁੱਕ ਜੋ ਮੰਨ ਜੋ, ਕਹਿੰਦੇ ਸਾਡਾ ਸਿਰ ਕੱਟਿਆ ਜਾਵੇਗਾ ਪਰ ਅਸੀਂ ਝੁਕਣਾ ਨਹੀਂ, ਮੰਨਣਾ ਨਹੀਂ, ਈਨ ਨਹੀਂ ਕਬੂਲ ਕਰਨਾ, ਉਹ ਨੀ ਮੋੜਦੇ ਜਿਹੜੇ ਰੱਤੇ ਹੋਏ ਨੇ। ਗੁਰੂ ਅਰਜਨ ਦੇਵ ਨੇ ਬਾਣੀ ਵਿੱਚ ਵੀ ਉਹਨਾਂ ਦੇ ਪਰਥਾਏ ਰੱਤਿਆਂ ਦੀ ਗੱਲ ਕੀਤੀ, ਮੁੱਕਣਾ ਨਹੀਂ ਮੋੜਦੇ ਰੱਤੇ ਨੇ ਜੇ
गलवकड़ी च लिया बड़ा प्यार कीता मथा चुमिया की हुई की बीती कचहरी विच कदे बाबा जोरावर सिंह दसदा है कदे बाबा फतेह सिंह दसदा है माता बड़ा कुछ उन्होंने साडे नाल कीता पर असी डोले नहीं तुहाडी सिख्या ते फुल चढ़ाए पहरा दिता सारी वारदा दसी सानू लालच भी दिते गए बड़े लालच दिते पर असी ईम नहीं मनी कहनगे लालो बच्चे उत्थे बड़े होर तुहानू तशद्दद कर ले जाने ने तसीह दिते जाने ने सख्ती भी वरतणगे होणे जानदे सी माता मेरे को पर तुसी डुलना नहीं देखो तुहाडे दादा गुरु पिता जी गुरु तेग बहादुर महाराज दा सीस धड़ तों लग हो गया पर ईम नहीं मन्नी ਉਹਨਾਂ ਦੇ ਸਾਹਮਣੇ ਉਹਨਾਂ ਦੇ ਜਾਨਾਂ ਤੋਂ ਪਿਆਰੇ ਸਿੱਖ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰ ਦਿੱਤਾ ਗਿਆ ਇਹਨੇ ਨਹੀਂ ਮੰਨੀ ਰੂਹ ਵਿੱਚ ਲਪੇਟ ਕੇ ਭਾਈ ਸੱਤੀ ਦਾਸ ਨੂੰ ਸਾੜ ਦਿੱਤਾ ਗਿਆ ਕੀ ਨਹੀਂ ਮੰਨੀ ਭਾਈ ਦਿਆਲੇ ਨੇ ਸਾਹਮਣੇ ਉਂਗਲ ਦੀ ਦੇਹ ਵਿੱਚ ਬਾਲੇ ਖਾਧੇ ਕੀਨ ਨਹੀਂ ਮੰਨੀ ਇਹ ਸਾਰੇ ਤਸੀਹੇ ਤੁਹਾਡੇ ਦਾਦੇ ਨੂੰ ਡੁਲਾਉਣ ਵਾਸਤੇ ਸੀ ਪਰ ਤੁਹਾਡੇ ਦਾਦਾ ਦਾਦਾ ਜੀ ਚੁੱਕੇ ਨਹੀਂ ਮੰਨੇ ਨਹੀਂ ਇਸ ਤਰ੍ਹਾਂ ਦੇ ਬੁਲੰਦ ਹੌਸਲੇ ਰੱਖਣੇ ਫਿਰ ਵੱਡਿਆਂ ਦਾ ਇਤਿਹਾਸ ਜਿਹੜੇ ਤੁਹਾਡੇ ਪੜਦਾਦਾ ਜੀ ਗੁਰੂ ਹਰਗੋਬਿੰਦ ਉਹਨਾਂ ਦੇ ਜਿਹੜੇ ਪਿਤਾ ਸੀ ਉਹਨਾਂ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ ਸੀ ਚ ਗਰਮ ਰੇਤ ਪਾਇਆ ਗਿਆ ਤੁਪਲ ਦੀ ਦੇਵ ਚ ਬਾਲੇ ਖਾਧੇ ਤੁਹਾਡੇ ਦਾਦਾ ਜੀ ਦੇ ਪਿਤਾ ਜੀ ਨੇ ਵੀ ਨਹੀਂ ਧਰਮ ਛੱਡਿਆ ਸਾਰੀ ਰਾਤ ਮਾਤਾ ਪੜਾਉਂਦੀ ਰਹੀ ਸੁਸ਼ਾਸਨ ਜੀ ਦੂਸਰਾ ਦਿਨ ਚੜਿਆ ਇੱਥੇ ਵੀ ਮਾਤਾ ਜੀ ਨੇ ਸ਼ਾਮ ਨੂੰ ਪਾਠ ਸਵੇਰੇ ਵੀ ਪਾਠ ਇਹ ਦੋ ਦਰ ਗੁਰੂ ਕਲਗੀਧਰ ਪਾਤਸ਼ਾਹ ਨੇ ਜੜੀ ਚਮਕੌਰ ਚ ਸ਼ਾਮ ਨੂੰ ਦਹਿਰਾ ਸਵੇਰੇ ਆਸਾ ਦੀ ਵਾਰ ਪੰਜ ਬਾਣੀ ਦੇ ਨਿਤ ਨੇਮ ਕੇ ਫਰਕ ਨੀ ਸਾਡੇ ਘਰ ਵਿਆਹ ਅਸੀਂ ਨੱਚਦੇ ਟੱਪਦੇ ਥੱਕ ਗਏ ਸਵੇਰੇ ਗੁਰਦੁਆਰੇ ਜਾਣੀ ਨੀ ਹੋਇਆ ਨਿਤਨੇਮ ਵੀ ਨੀ ਹੋਇਆ ਵਾਹ ਸਿੱਖਾ ਤੂੰ ਸਿੱਖ ਸਵੇਰੇ ਤੇਰੇ ਕੋਲ ਜਾ ਹੀ ਨੀ ਹੋਇਆ ਜੇ ਕੋਈ ਸੋਗ ਦਾ ਸਮਾਂ ਆ ਜੇ ਤਾਂ ਨੀ ਤੂੰ ਬਾਣੀ ਛੱਡ ਦਿੰਦਾ ਤੂੰ ਆਪ ਕਿਹੜੇ ਗੁਰੂ ਦਾ ਸਿੰਘ ਤੇਰੇ ਗੁਰੂ ਤੇ ਵੇਖ ਲੈ ਲੱਖਾਂ ਦਾ ਘੇਰਾ ਪਿਆ ਉਹ ਤਾਂ ਵੀ ਨਿਤਨੇਮ ਨੀ ਛੱਡਦਾ ਉਹ ਜਾਸ ਲਾ ਗਿਆ ਸਾਨੂੰ ਜੀਵਨ ਜਗਤ ਦੇ ਗਿਆ ਸਾਨੂੰ ਉਹਨੇ ਗੜੀ ਚਮਕੌਰ ਚ ਸਰਸਾ ਦੇ ਕੰਢੇ ਤੇ ਵੀ ਨਿਤਨੇਮ ਕੀਤਾ ਹੈ ਇੱਧਰ ਮਾਤਾ ਗੁਜਰ ਕੌਰ ਨੇ ਸਾਹਿਬਜ਼ਾਦਿਆਂ ਨਾਲ ਕੁੰਮਾ ਮਾਸ਼ਕੀ ਦੀ ਝੁੱਗੀ ਤੇ ਗੰਗੂ ਬ੍ਰਾਹਮਣ ਦੇ ਘਰ ਮਰਿੰਡੇ ਦੀ ਜੇਲ੍ਹ ਵਿੱਚ ਤੇ ਠੰਡੇ ਬੁਰਜ ਵਿੱਚ ਨਿਤਨੇਮ ਚ ਫਰਕ ਹੀ ਨਹੀਂ ਪਿਆ ਚੰਨ ਸੀ ਗੁਰੂ ਕੇ ਸਹਿਬ ਸਾਨੂੰ ਜੀਵਨ ਜਾਤ ਦੇ ਗਏ ਕਹਿਣਗੇ ਹੋਰ ਬੜੇ ਤਕੜੇ ਪਰਚੇ ਪੈਣਗੇ ਸਖਤੀ ਵਰਤਣਗੇ ਤੁਸੀਂ ਡੋਲੇ ਉਹਨਾਂ ਸਵੇਰੇ ਫਿਰ ਲੈਣ ਵਾਸਤੇ ਸਿਪਾਹੀ ਆ ਗਿਆ ਜੀ ਦੂਜਾ ਦਿਨ ਸੀ ਥੋੜੀ ਜਿਹੀ ਸ਼ਕਤੀ ਵਰਤੀ ਗਈ ਰੋਹਬ ਨਾਲ ਬੋਲੇ ਸਾਹਿਬਜ਼ਾਦੇ ਨੂੰ ਉਸੇ ਤਰ੍ਹਾਂ ਜਾਗ ਕੇ ਫਤਿਹ ਬੁਲਾਈ ਕਹਿਣਗੇ ਮੰਨ ਜੋ ਨਹੀਂ ਤਾਂ ਅਸੀਂ ਤੁਹਾਡੇ ਤੇ ਤਸੀਹੇ ਤਸ਼ੱਦਦ ਕਰ ਲਾਂਗੇ ਅਸੀਂ ਤੁਹਾਨੂੰ ਤਸੀਹੇ ਦੇਵਾਂਗੇ ਬਹੁਤ ਕੁਛ ਹੋਏਗਾ ਤੁਹਾਡੇ ਨਾਲ ਕਹਿੰਦੇ ਜੋ ਮਰਜ਼ੀ ਕਰ ਲੈ ਕਹਿੰਦੇ ਤੁਹਾਨੂੰ ਖਤਮ ਕਰ ਦਾਂਗੇ
ਸਹਿਜਾਦਿਆਂ ਨੂੰ ਉੱਤਰ ਦਿੱਤਾ ਅੱਲਾ ਯਾਰਖਾਂ ਜੋਗੀ ਕਹਿੰਦਾ ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ ਡਰਦਾ ਨਹੀਂ ਅਕਾਲ ਕਿਸੇ ਸ਼ਹਿਨਸ਼ਾਹ ਕੀ ਸ਼ਾਨ ਸੇ ਉਪਦੇਸ਼ ਆਪਣਾ ਸੁਣੋ ਜਰਾ ਦਿਲ ਕੇ ਕਾਨ ਸੇ ਹਮ ਤੁਮਕੋ ਕਹਿ ਰਹੇ ਖੁਦਾ ਦੀ ਜ਼ਬਾਨ ਸੇ ਅਸੀਂ ਆ ਖੁਦਾ ਦੀ ਜ਼ਬਾਨ ਤੋਂ ਤੁਹਾਨੂੰ ਰੱਬ ਦੀ ਜ਼ਬਾਨ ਤੋਂ ਕਹਿ ਰਹੇ ਹਾਂ ਜੇ ਸਾਨੂੰ ਦਬਾਇਆ ਜਾਂਦਾ ਹੈ ਸੱਚ ਨੂੰ ਦਬਾਇਆ ਜਾਂਦਾ ਹੈ ਖਤਮ ਕੀਤਾ ਜਾਂਦਾ ਹੈ ਸਾਨੂੰ ਮਿਟਾਓਗੇ ਤੇ ਮਿਟੋਗੇ ਜਹਾਨ ਸੇ ਦੁਨੀਆਂ ਤੇ ਤੁਹਾਡਾ ਨਾਮੋ ਨਿਸ਼ਾਨ ਨਹੀਂ ਰਹੇਗਾ ਮਿਟ ਜਾਓਗੇ ਦੁਨੀਆਂ ਇਹ ਸਾਹਿਬਜ਼ਾਦੇ ਦੇ ਉੱਤਰ ਸੀ ਤੇ ਫਿਰ ਕਹਿਣ ਲੱਗਾ ਸੁੱਚਾ ਆਨੰਦ ਦੂਜੀ ਕਚਹਿਰੀ ਵਿੱਚ ਦੂਜੇ ਦਿਨ ਜਿਦਨ ਪੇਸ਼ੀ ਸੀ ਉਸ ਦਿਨ ਸ਼ੇਰ ਮੁਹੰਮਦ ਕੋਟਲੇ ਵਾਲਾ ਹੀ ਆਇਆ ਸੀ ਪਹਿਲੇ ਦਿਨ ਨਹੀਂ ਆਇਆ ਸੀ ਕਹਿਣ ਲੱਗਾ ਸ਼ੇਰ ਮੁਹੰਮਦ ਉਹ ਬਈ ਤੇਰਾ ਭਰਾ ਸੱਕਾ ਨਾਰ ਸਿੰਘ ਦਸਵੇਂ ਪਾਤਸ਼ਾਹ ਨੇ ਗੜੀ ਚਮਕੌਰ ਚ ਤੀਰਾਂ ਦੀ ਵਰਖਾ ਕਰਕੇ ਮਾਰਿਆ ਸੱਕੇ ਭਤੀਜੇ ਤੇਰੇ ਮਾਰੇ ਤੂੰ ਬਦਲਾ ਲੈ ਲੈ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਨੇ ਜਿਵੇਂ ਮਰਜ਼ੀ ਕੋਹ ਕੋਹ ਕੇ ਇਹਨਾਂ ਨੂੰ ਮਾਰ ਤੜਫਾ ਤੜਫਾ ਕੇ ਬਦਲਾ ਲੈ ਲੈ ਤੇ ਅੱਲਾ ਯਾਰਖਾਂ ਜੋਗੀ ਕਹਿੰਦਾ ਸ਼ੇਰ ਮੁਹੰਮਦ ਕਹਿੰਦਾ ਬਦਲਾ ਹੀ ਲੈਣਾ ਹੋਊਗਾ ਤੋ ਲੈਂਗੇ ਬਾਪ ਸੇ ਇਹਨਾਂ ਦੇ ਬਾਪ ਤੋਂ ਲਵਾਂਗੇ ਜੇ ਮੈਂ ਮਰਦਾ ਇਹ ਬੱਚਿਆਂ ਦਾ ਕੀ ਕਸੂਰ ਹੈ ਇਹਨਾਂ ਨੇ ਮੇਰਾ ਕੀ ਵਿਗਾੜਿਆ ਜੇ ਬਦਲਾ ਹੀ ਲੈਣਾ ਹੋਊਗਾ ਤੋ ਲੈਂਗੇ ਬਾਪ ਸੇ ਮੈਂ ਖੂਸ ਰੱਖੇ ਖੁਦਾ ਸੇ ਪਾਪ ਸੇ ਐਸਾ ਪਾਪ ਨਾ ਕਰਾਵੇ ਸਾਡੇ ਤੁਹਾਨੂੰ ਵੀ ਮੈਂ ਕਹਿੰਦਾ ਵਜ਼ੀਰ ਖਾਨ ਸੂਬਾ ਸਰਹੰਦ ਐਸਾ ਪਾਪ ਨਾ ਕਮਾਇਓ ਸਾਹਿਬਜ਼ਾਦਿਆਂ ਦੇ ਮਾਸੂਮ ਬੱਚੇ ਨੇ ਇਹਨਾਂ ਨੇ ਕੁਛ ਨਹੀਂ ਵਿਗਾੜਿਆ ਇਹਨਾਂ ਨੇ ਕੁਛ ਵਜ਼ੀਰ ਖਾਂ ਗੱਲਾਂ ਚ ਆ ਗਿਆ ਗੱਲ ਠੀਕ ਹੈ ਪਰ ਇੱਧਰ ਸੁੱਚਾ ਆਨੰਦ ਕਹਿੰਦਾ ਵਜ਼ੀਰ ਖਾਂ ਨੂੰ ਸੂਬਾ ਸਰਹੰਦ ਨੂੰ ਕਹਿੰਦੇ ਸੂਬਾ ਸਾਹਿਬ ਇਹਨਾਂ ਤੇ ਤੁਸੀਂ ਧਿਆਨ ਨਾ ਦਿਓ ਜੇ ਇਹਨਾਂ ਨੂੰ ਛੱਡਦੇ ਹੋ ਸੱਪ ਨੂੰ ਮਾਰਨਾ ਸਤੋਲੀਏ ਪਾਲਣੇ ਇਹ ਜਾਇਜ਼ ਨਹੀਂ ਹੈ ਇਹ ਸੱਪ ਦੇ ਬੱਚੇ ਨੇ ਇਹਨਾਂ ਨੂੰ ਛੱਡਦੇ ਪਏ ਜੇ ਨਹੀਂ ਯਕੀਨ ਤੇ ਪੁੱਛ ਕੇ ਵੇਖ ਲਓ ਸਾਹਿਬਜ਼ਾਦੇ ਜੇ ਤੁਹਾਨੂੰ ਛੱਡਿਆ ਜਾਵੇ ਕੀ ਕਰੋਗੇ ਸਾਹਿਬਜ਼ਾਦਿਆਂ ਦਾ ਉੱਤਰ ਸੀ ਤੁਸੀਂ ਸਾਨੂੰ ਛੱਡਦੇ ਨਹੀਂ ਸਾਨੂੰ ਇੰਨਾ ਪਤਾ ਹੈ ਤੁਸੀਂ ਸਾਨੂੰ ਛੱਡਦੇ ਨਹੀਂ ਸਾਨੂੰ ਛੱਡਣ ਵਾਸਤੇ ਨਹੀਂ ਤੁਸੀਂ ਪੜਿਆ ਸਾਨੂੰ ਤਸੀਹੇ ਦੇਣ ਵਾਸਤੇ ਸਾਨੂੰ ਪੜਿਆ ਸਾਨੂੰ ਛੱਡਣ ਵਾਸਤੇ ਨਹੀਂ ਤੁਸੀਂ ਪੜਿਆ ਕਹਿੰਦੇ ਮੰਨ ਲਓ ਤੁਹਾਨੂੰ ਛੱਡ ਵੀ ਦਿੱਤਾ ਜਾਵੇ ਕਹਿੰਦੇ ਛੱਡ ਦਿੱਤਾ ਜਾਵੇ ਅਸੀਂ ਜੰਗਲ ਚ ਜਾਵਾਂਗੇ ਭਾਈ ਇਕੱਠੇ ਕਰਾਂਗੇ ਫੌਜ ਬਣਾਵਾਂਗੇ ਜਦ ਤੱਕ ਆ ਸੂਬਾ ਸਰਹੰਦ ਜ਼ਾਲਮ ਇਹਨੂੰ ਖਤਮ ਨਹੀਂ ਕਰ ਦਿੰਦੇ ਜ਼ੁਲਮ ਦੀ ਜੜ ਨਹੀਂ ਪੁੱਟ ਦਿੰਦੇ ਉਦੋਂ ਤੱਕ ਬਵਾਂਗੇ ਨਹੀਂ ਕਹਿੰਦੇ ਹਾਰ ਜਾਓਗੇ ਫਿਰ ਫੌਜਾਂ ਬਣਾ ਕੇ ਆਵਾਂਗੇ ਜਦ ਤੱਕ ਇਹਨੂੰ ਖਤਮ ਨਹੀਂ ਕਰ ਦਿੰਦੇ ਪਾਪੀ ਨੂੰ ਸਿੱਧਾ ਮੂੰਹ ਤੇ ਕਹਿੰਦੇ ਸੀ ਮਰਦ ਜਿਹੜੇ ਹੁੰਦੇ ਨੇ ਸਿੱਧਾ ਮੂੰਹ ਤੇ ਬੋਲਦੇ ਨੇ ਭਾਵੇਂ ਕੌੜਾ ਲੱਗਦਾ ਸੱਚ ਦੁਬਲਾ ਬੰਨ ਹੀ ਹੁੰਦਾ ਉਹਨਾਂ ਵਿੱਚ ਕਈ ਉੱਥੇ ਬੈਠੇ ਵੀ ਸੀ ਝੋਲੀ ਚੁੱਕ ਸਾਹਿਬਜ਼ਾਦੇ ਨੂੰ ਕਹਿੰਦੇ ਸੀ ਈਦ ਮੰਨ ਲਓ ਸਾਹਿਬਜ਼ਾਦੇ ਕਹਿੰਦੇ ਮਰ ਜਾਵਾਂਗੇ ਪਰ ਝੁਕਾਂਗੇ ਨਹੀਂ ਫਿਰ ਉਹਨਾਂ ਨੇ ਘੋੜ ਕਿਹਾ ਸੀ ਕਹਿਣਗੇ ਸਾਹਿਬਜ਼ਾਦੇ ਪਿਤਾ ਤੁਹਾਡਾ ਗੜ ਚਮਕੌਰ ਘੇਰ ਬਮਰ ਤੁਹਾਡੇ ਪਿਤਾ ਨੂੰ ਤਾਂ ਅਸੀਂ ਖਤਮ ਕਰ ਦਿੱਤਾ ਗੜੀ ਚਮਕੌਰ ਚ ਅਰ ਤੁਮਰੇ ਜੋ ਭਾਈ ਬਾਬਾ ਅਜੀਤ ਸਿੰਘ ਬਾਬਾ ਦੂਜਾ ਉਹਨਾਂ ਨੂੰ ਵੀ ਸ਼ਹੀਦ ਕਰਤਾ ਮਾਰ ਦਿੱਤਾ ਕਹਿਣ ਲੱਗੇ ਉਹਨਾਂ ਦੀ ਖੁਸ਼ਕਿਸਮਤੀ ਹੈ ਕਿ ਗੁਰੂ ਪਿਤਾ ਦੇ ਸਾਹਮਣੇ ਸ਼ਹੀਦ ਹੋਏ ਨੇ ਤੇ ਦੂਜੀ ਰਹਿ ਗਈ ਗੱਲ ਸਾਡੇ ਪਿਤਾ ਦੀ ਸਾਡਾ ਪਿਤਾ ਇਸ ਤਰ੍ਹਾਂ ਜਿਵੇਂ ਆਕਾਸ਼ ਹੈ ਆਕਾਸ਼ 'ਚ ਕੋਈ ਤੀਰ ਮਾਰੇ ਆਕਾਸ਼ ਨੂੰ ਘਾਇਲ ਨਹੀਂ ਕਰ ਸਕਦਾ ਸਾਡੇ ਪਿਤਾ ਤੇ ਜਿੰਨਾ ਮਰਜ਼ੀ ਤੁਸੀਂ ਜ਼ੋਰ ਲਾ ਲਿਓ ਉਹਨਾਂ ਨੂੰ ਫੜ ਨਹੀਂ ਸਕਦੇ ਇਹ ਸਾਨੂੰ ਵੀ ਪਤਾ ਹੈ ਸਾਡੀ ਰਗਾਂ ਵਿੱਚ ਉਹਦਾ ਖੂਨ ਹੈ ਉਹਨੂੰ ਨਹੀਂ ਤੁਸੀਂ ਫੜ ਸਕਦੇ ਉਹ ਨਹੀਂ ਤੁਸੀਂ ਨਾ ਤੁਸੀਂ ਮਾਰ ਸਕਦੇ ਉਹਨਾਂ ਨੂੰ ਇਹ ਤਾਂ ਤੁਹਾਡੀਆਂ ਝੂਠੀਆਂ ਗੱਲਾਂ ਕਹਿਣਗੇ ਬੜੇ ਡਰਾਇਆ ਗਿਆ ਧਮਕਾਇਆ ਗਿਆ ਸਾਹ ਸੰਗੀ ਜਦੋਂ ਸ਼ੇਰ ਮੁਹੰਮਦ ਖਾਂ ਹਾਂ ਦਾ ਨਾਰਾ ਮਾਰ ਕੇ ਭਰੀ ਸਭਾ ਛੱਡ ਕੇ ਤੁਰ ਗਿਆ ਸੀ ਉਹਨੇ ਹੋਰ ਕੁਝ ਨਹੀਂ ਕੀਤਾ ਆਣ ਕੇ ਨੀਹਾਂ ਨਹੀਂ ਰੋਕੀਆਂ ਜਾਂ ਹੋਰ ਕੁਛ ਨਹੀਂ ਸਿਰਫ ਇੱਕ ਬਚਨ ਹੀ ਕਿਹਾ ਸੀ ਵੀ ਇਹ ਗਲਤ ਹੈ ਬਸ ਉੱਠ ਕੇ ਤੁਰ ਗਿਆ ਇੰਨਾ ਹੀ ਕਿਹਾ ਸੀ ਬਸ ਹੋਰ ਉਹਨੇ ਕੁਛ ਯੋਗਦਾਨ ਨਹੀਂ ਨਾ ਪਾਇਆ
ਸਿੱਖਾਂ ਨਾਲ ਕੋਈ ਦੋਸਤੀ ਦਾ ਅਰਥ ਵਧਾਵੇ। ਅੱਜ ਉਹਦੀ ਵੀ ਯਾਦ ਬਣਾਈ ਫਤਿਹਗੜ੍ਹ ਸਾਹਿਬ ਗੇਟ ਸ਼ੇਰ ਮੁਹੰਮਦ ਮਲੇਰਕੋਟਲੇ ਦੇ ਨਾਲ ਉਹਦੀ ਵੀ ਯਾਦ ਅਰਦਾਸ ਬਣਾਈ। ਸਿਰਫ ਹਾਂ ਦਾ ਨਾਰਾ ਮਾਰਿਆ, ਹੋਰ ਕੁਛ ਨੀ ਉਹਨੇ ਕੀਤਾ। ਸਮਾਪਤੀ ਕਰਦੀ ਆਪਾਂ ਥੋੜੇ ਸਮੇਂ ਤੱਕ, ਕਹਿੰਦੇ ਸਾਹਿਬਜ਼ਾਦਿਆਂ ਨੂੰ ਫਿਰ ਤਸ਼ੱਦਦ ਕਰ ਲੈ ਗਏ ਤਸੀਹੇ। ਆਪਾਂ ਕਹਿੰਦੇ ਕਿ ਇਕੱਲੇ ਨੀ ਅੱਜ ਕਈ ਮਾਂ ਪੁਰਦਾਦੇ ਨੇ ਹੱਥਾਂ ਦੇ ਵਿੱਚ ਬਰੂਦ ਭਰ ਕੇ ਨਾ ਪਲੀਤੇ, ਇਹ ਤਾਂ ਉਹਨਾਂ ਤੇ ਆਇਆ ਉਹ ਹੀ ਜਾਣਦੇ ਨੇ। ਆ ਨੌਵਾਂ ਤੇ ਪੁੱਠੇ ਕਰਕੇ ਹੱਥਾਂ ਦੇ ਉੱਤੇ ਚੋਟ, 7 ਸਾਲ ਦੇ ਬੱਚੇ ਤੇ ਮਾਰ ਕੇ ਵੇਖੋ ਜੀ, ਮਾੜਾ ਜਿਹਾ ਮੂੰਹ ਤੇ ਮਾਰ ਦੋ ਲੀਰ ਪੈ ਜਾਂਦੇ ਨੇ। ਤੇਜ ਸਰਦੀ ਸੀ, ਇੰਨੇ ਤਸ਼ੱਦਦ ਘੱਲੇ ਗਏ। ਜਿੱਥੇ ਗੜੀ ਚਮਕੌੜ ਦੀ ਆਪਣਾ ਫਤਿਹਗੜ੍ਹ ਸਾਹਿਬ ਦੀ ਡਿਊਟੀ, ਇੱਥੇ ਖੂਹ ਸੀ, ਇਹ ਖੂਹ ਵਿੱਚ ਪੈਰਾਂ ਤੋਂ ਨਾਲ ਰੱਸੀ ਬੰਨ ਕੇ ਪੁੱਠੇ ਲਟਕਾਏ ਗਏ। ਈਨ ਮੰਨ ਲਓ ਤੁਸੀਂ, ਸਾਹਿਬਜ਼ਾਦੇ ਕਹਿੰਦੇ ਨਹੀਂ। ਪਿੱਪਲ ਸੀ, ਪਿੱਪਲ ਨਾਲ ਬੰਨ ਕੇ ਗਲੇਲੇ ਅੱਖਾਂ ਵਿੱਚ ਮਾਰੇ ਗਏ। ਬਾਬਾ ਫਤਿਹ ਸਿੰਘ ਦੇ ਅੱਖ ਤੇ ਲੱਗਾ ਖੂਨ ਸਿਮ ਰਿਹਾ ਸੀ। 7 ਸਾਲ ਦੀ ਉਮਰ ਰੋ ਰਹੇ, ਖੂਨ ਸਿਮ ਰਿਹਾ। ਬਾਬਾ ਫਤਿਹ ਸਿੰਘ ਹੌਸਲੇ ਬੜੇ ਬੁਲੰਦ। ਸਾਧ ਸੰਗਤ ਜੀ, ਐਸੇ ਤਸੀਹੇ ਜਿਹੜੇ ਦਰਦਨਾਕ ਸਾਹਿਬਜ਼ਾਦਿਆਂ ਨੂੰ ਦਿੱਤੇ ਗਏ, ਪਰ ਕਹਿੰਦੇ ਸੀ ਸਾਹਿਬਜ਼ਾਦੇ ਈ ਨੀ ਅਸੀਂ ਮਰਨੀ, ਸਿਰ ਨਹੀਂ ਚੁਕਾਵਾਂਗੇ। ਮਰਨੀ ਮਰ ਜਾਵਾਂਗੇ, ਨਾ ਮੰਨਣੀ ਸ਼ਹੀਦ ਕਰ ਦੋ। ਸਿਆ ਦੇ ਦਿੱਤਾ, ਫਤਵਾ ਘੜ ਦਿੱਤਾ ਗਿਆ, ਪਰ 12 ਪੋਹ ਦਾ ਦਿਨ ਵਾਪਸ ਆ ਗਏ ਸਾਹਿਬਜ਼ਾਦੇ। ਅਗਲੇ ਦਿਨ ਫਿਰ ਸ਼ਹੀਦ ਕੀਤਾ ਜਾਣਾ। ਚਿਣਕ ਵਾਪਸ ਆ ਕੇ ਦਾਦੀ ਮਾਂ ਨੂੰ ਭੱਜ ਕੇ ਮਿਲੇ, ਗਲਵੱਕੜੀ ਚ ਲਿਆ। ਮਾਤਾ ਨੇ, ਦਾਦੀ ਮਾਂ ਨੇ ਮੱਥੇ ਚੁੰਮੇ, ਪੁੱਛਿਆ ਕੀ ਹੋਇਆ। ਸਾਹਸਾ ਜੀ, ਮਾਂ ਦਾ ਜਿਹੜਾ ਧਿਆਨ ਹੈ ਨਾ ਬੱਚੇ ਦੇ, ਇੱਕ ਨਜ਼ਰ ਵਿੱਚ ਸਾਰੇ ਅੰਗਾਂ ਤੇ ਤੁਰ ਜਾਂਦੇ। ਇੰਨਾ ਖਿਆਲ ਹੁੰਦਾ ਮਾਂ ਦਾ ਪੁੱਤਰਾਂ ਦਾ, ਪੁੱਤਰਾਂ ਵਾਸਤੇ, ਬੱਚਿਆਂ ਵਾਸਤੇ, ਭਾਵੇਂ ਦਾਦੀ ਮਾਂ ਭਾਵੇਂ ਮਾਤਾ। ਦੇਖ ਲਿਆ ਹੱਥਾਂ ਤੇ ਕਿਵੇਂ ਤਸੀਹੇ ਦਿੱਤੇ ਗਏ ਨੇ, ਹੱਥਾਂ ਤੇ ਚੋਟ, ਪਲੀਤੇ ਖੜ ਖੜ ਕੇ,
जिवें पुठे लटकाया गया पैरां नूं रस्सियां बन बन। दादी मां मन विच सोचदी बड़े जालवां ने तशद्दद कर ले ने बड़े तसीहे दित्ते ने होर पक्का करदी हौसले बुलंद करदी देखियो लालो चुक ना जायो डर ना जायो हौसले ना छड्ड दियो मजबूत रखियो रादे धर्म ना छड्डियो इना के झुकियो ना जालवां अगे फिर अपने वड्डियां दा इतिहास सुणदे ने होर पक्का करदे ने। बड़ा बड़ा समा आया गुरु दे सिखां ते गुरुआं ते पर उन्होंने ही नहीं मन्नी। सुसाध सिंह जी तेरा वाला दिन अज वाला दिन आ गया क्योंकि समा समाप्ति वाले पास जा रहा। तेरा पोह का दिन जदों चढ़िया सिपाही लैण वास्ते आ गए अल्लाह यार खान जोगी लिखदा उस बेड़े दे हाल उन्होंने मन का बड़ बड़ा अल्लाह यार खान जोगी कहना है दादी कहती है जाने से पहले आओ गले तो लगा लो कि जान तो पहला तुहानू मैं सीने नाल ला त लवां केसों को कंघी कर दूं जरा मुंह तो दुला लूं केस वाला कंघी कर दूं ते किन्ने ये सुंदर सिरों पे नन्ही सी कलगी तो सजा लूं ये सोने सिरां ते सोनी जी कलगी ते सजा लां मैं ते अगे लिखदा अल्लाह यार खान जोगी कहिंदा है दादी मां कहिंदी है मरने से पहले तुम्हें दूल्हा तो बना लूं ये शौक ते पूरे करदा जिवें दादी कहिंदी मैं ब्याहना पोतरे को ब्याहना नहीं हुण लाड़ी मौत नाल ब्याहना। कईयां ने इत्थे क्या कि माता गुजर कौर ने अपनी नूह नूं आवाज दित्ती है माता जीत कौर दे तीन साहिबजादे सत संग जी बाबा जुझार सिंह बाबा जोरावर सिंह बाबा फतेह सिंह माता सुंदर कौर दा सी बाबा जीत सिंह कहिंदी माता गुजर कौर कहिंदी है सस कहिंदी है नूह नूं आजा जीतो राणी कुछ मिनट उधारे लै गए खारे चढ़ दे वेख ला अपने पुत्र को आके वेख तेरे पुत्र खारे चढ़न लगे आ तक वेख कुछ इस तरह का बड़बड़ा विद्वाना ने अपनी काव विच रचिया कहते जो दोवें साहब जाते ना तैयार करते माता ने अखीरला दिन सी तुर पे दोवें लाडले जद फतेह बुला के फतेह बुलाई दादी मां वाहिगुरु जी का वाहिगुरु जी की फतेह बुलाई दादा तुर पे दोवें लाडले जद फतेह बुला के वार कीरी मां दे चरनी हथ ला के दादी मां दे चरना चे अखीर वरी भी हुण असीं कदों कौणा अखीर वरी पैरां नूं हथ लाउंदे ते अगे कहिंदे ने बूहे विचों परत के बोले मुस्कुराते मत्था टेक के चरना ते हथ रख के जदों बुरज तों बाहर निकले बूहे तों बाहर निकल गए ते कहिंदे बूहे विचों परत के बोले मुस्कुरा के मां उडीकांगे असी सचखंड विच जा तेनूं उत्थे डिकां ते कि कहिंदे पर आउणा ना तुसां ने बहुता चिर ला के हुण बहुता चिर ला के ना आयो थक ना जाइए अम्मीए असी औसियां पा के किते थक ना जाइए साडा जी नहीं लगना तुसी छेती आउणा नहीं तां रुस जू फतेह सिंह दा दीप रचाउणा। ते कहिंदे अगो माता ने पुत्तर दित्ता चलो मेरे हीरे हो मैं मगरे आवां पुत्तां बाजो जमदियां कद देखियां मावां
कदों देखिया गई ने मां जिन्हां दे पुत्र तुर जांदे शरीर ही उन्हां दा भावे रह जे खत्म हो जांदा सब पुत्तां बाजो जोंदियां कद देखिया मां इउं बलबला काबरां विच काब दी रचना विच बयान कीता जवाना किते माता ने तोर भेजिया साहिबजादिआं ने तुर के साहब जाते फिर उस तरह ही गल रखी गई हजे भी इन मन लो कहते मरना कबूल है धर्म नहीं छड़ सकते नीयां दे विच चिन्ना शुरू कर दिता जो नीयां विच चंडे सी सासन दी गोड्या तक वार आए कईयां ने तां इतिहास नूं शिंगारता कि साहिबजादिआं ने कहा भी सिखी दी नींह रखी जा रही है कि नीचे फर्क नहीं पैना चाहिए साडे गोडे छिल दिओ पर इतिहास यह भी है उन्होंने मासूमां ते तरस नहीं खादा तेसी नाल उन्होंने गोडे छिल दिते ते सासन दी चिंदे गए ਤੇਲਰ ਯਾਰਖਨ ਜੋਗੀ ਲਿਖਦਾ ਹੈ ਠੋਡੀ ਤੱਕ ਇਟੋਂ ਕੀ ਕਿਨੀ ਗਈ ਦੀਵਾਰ ਮੂੰਹ ਪੇ ਆ ਗਈ ਠੋਡੀ ਤੋਂ ਫਿਰ ਮੂੰਹ ਤੇ ਆ ਗਈ ਨੀਂਦ ਬੀਨ ਕੋ ਢਾਪ ਢਾਪਤੇ ਹੀ ਉਹ ਅੱਖ ਉੱਤੇ ਛਾ ਗਈ ਨੱਕ ਨੂੰ ਕਿਆ ਨੀਂਦ ਨੀਮ ਨੂੰ ਚੱਕਦੇ ਹੀ ਨੀਪ ਨੂੰ ਤੇ ਅੱਖਾਂ ਤੱਕ ਆ ਗਈ ਪਰ ਇੱਥੇ ਥੋੜਾ ਜਿਹਾ ਹੋਰ ਵੀ ਬੜਾ ਸੋਹਣਾ ਲਿਖਿਆ ਕਹਿੰਦੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਵੱਲ ਦੇਖਦੇ ਨੇ ਤੂੰ ਛੋਟਾ ਹੈ ਮੈਂ ਵੱਡਾ ਪਰ ਤੇਰਾ ਸਾਹ ਪਹਿਲਾਂ ਗੁੰਮ ਹੋ ਜਾਣਾ ਮੈਂ ਅੱਜ 9 ਸਾਲ ਦਾ ਮੇਰਾ ਵੀਰ ਨਿਆਣਾ ਮੈਂ 9 ਸਾਲ ਦਾ ਮੇਰਾ ਛੋਟਾ ਭਰਾ 7 ਸਾਲ ਦਾ ਜਦੋਂ ਕਿਤੇ ਖੇਡਦੇ ਸੀ ਤੇ ਵੱਡੇ ਸਾਹਿਬਜ਼ਾਦੇ ਕਹਿੰਦੇ ਤੂੰ ਛੋਟਾ ਹੈ ਬੈਠ ਜਾ ਅੰਦਰ ਜਾ ਕੇ ਉੱਚੀ ਉੱਚੀ ਜ਼ੋਰ ਜ਼ੋਰ ਦੀ ਦਮਾਲਾ ਸਜਾਉਣ ਲੱਗ ਗਏ ਉੱਚਾ ਉੱਚਾ ਬਰਨਾ ਸ਼ੁਰੂ ਕਰ ਦਿੱਤਾ ਉੱਚਾ ਜਿਹਾ ਦਮਾਲਾ ਬਣ ਕੇ ਜਿਹੜੀ ਨਿਹੰਗ ਸੰਪਰਦਾ ਚੱਲੀ ਹੈ ਆ ਦਮਾਲੇ ਵਾਲੇ ਬਾਬਾ ਫਤਿਹ ਸਿੰਘ ਤੇ ਚੱਲੀ ਹੈ ਤੇ 10ਵੇਂ ਪਾਤਸ਼ਾਹ ਜੀ ਛਾਤੀ ਨਾਲ ਲਾ ਕੇ ਕਹਿੰਦੇ ਤੂੰ ਮੇਰਾ ਸਭ ਤੋਂ ਵੱਡਾ ਸਹਿਬਜ਼ਾਦਾ ਹੈ ਫਤਿਹ ਸਿੰਘ ਤੇ ਸਾਸਨ ਜੀ ਉਧਰ ਦੇਖਦੇ ਨੇ ਬਾਬਾ ਜ਼ੋਰਾਵਰ ਸਿੰਘ ਦੋਵਾਂ ਨੂੰ ਚਿਣ ਦਿੱਤਾ ਗਿਆ ਸਾਹ ਗੁੰਮ ਹੋ ਗਏ ਕੰਨ ਤੋਂ ਵੀ ਬਰਦਾਸ਼ਤ ਨਾ ਹੋਇਆ ਬੇਸ਼ੁੱਧ ਹੋ ਕੇ ਜਦੋਂ ਕੰਧ ਪਾਟੀ ਤੇ ਬੇਸ਼ੁੱਧ ਹੋ ਕੇ ਸਹਿਬਜ਼ਾਦੇ ਧਰਤੀ ਤੇ ਡਿੱਗ ਪਈ ਕਹਿੰਦੇ ਆਵਾਜ਼ ਆਈ ਸੀ ਕੰਧਾਂ ਦੇ ਵਿੱਚੋਂ ਹਮ ਆਪਣੀ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚੱਲੇ ਸਿੱਖੀ ਕੀ ਨੀਵ ਹਮ ਹੈ ਸਿਰੋਂ ਪੇ ਉਠਾ ਚੱਲੇ ਗੁਰਿਆਈ ਕਾ ਹੱਕ ਜਹਾਂ ਮੈਂ ਬਣਾ ਚੱਲੇ ਸਿੱਖੀ ਕਾ ਸਲਤਨਤ ਕਾ ਹੈ ਪੌਦਾ ਹਮ ਲਗਾ ਚਲੇ ਸਿੱਖੀ ਦਾ ਜਿਹੜਾ ਬੂਟਾ ਹੈ ਨਾ ਸਲਤਨਤ ਦਾ ਰਾਜ ਦਾ ਐਵੇਂ ਰਾਜ ਸਰਦਾਰੀਆਂ ਨਹੀਂ ਮਿਲੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪੁੱਤਰਾਂ ਦਾ ਖੂਨ ਡੋਲਿਆ ਸ਼ਹਾਦਤਾਂ ਦਿੱਤੀਆਂ ਨੇ ਆਪਣੇ ਪੁੱਤਰਾਂ ਦਾ ਫਿਰ ਅੱਗੇ ਅੱਲਾ ਯਾਰ ਖਾਨ ਜੋਗੀ ਕਹਿੰਦਾ ਜੋਗੀ ਇਸ ਬਾਤ ਹੋਈ ਥੋੜੀ ਦੇਰ ਥੀ ਬਸਤੀ ਸਰਹੰਦ ਸ਼ਹਿਰ ਕੀ ਇਟੋਂ ਕੀ ਢੇਰ ਸੀ ਪਰ ਥੋੜਾ ਸਮਾਂ ਹੀ ਪਿਆ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਢੇਰ ਨਹੀਂ ਲਾਤੀਆਂ ਜੀ ਇੰਨਾ ਦਰਦ ਸੀ ਗੁਰੂ ਦੇ ਲਾਲਾ ਦਾ ਸ਼ਹੀਦੀਆਂ ਦੇ ਕੇ ਸਹਿਬ ਜਾਂਦੇ ਫਿਰ ਦੋ ਜਲਾਦਾਂ ਨੂੰ ਹੁਕਮ ਦਿੱਤਾ ਗਿਆ ਇਹਨਾਂ ਨੂੰ ਸ਼ਹੀਦ ਕੀਤਾ ਜੀਵਾ ਕੀਤਾ ਜਾਵੇ ਇਤਿਹਾਸ ਕਹਿੰਦਾ ਛੋਟੇ ਛੋਟੇ ਸੀ ਮਹਾਰਾਜ ਦੇ ਸਾਹਿਬਜ਼ਾਦੇ ਗੋਡੇ ਰੱਖ ਕੇ ਛਾਤੀਆਂ ਤੇ
सारियां नाड़ियां बढ़िया गई, सिर कलम किए गए, जीवा किए गए सर। बाबा जोरावर सिंह के स्वास्थ्य छेती निकल गए, पर बाबा फतेह सिंह जिहड़ी उन्होंने नाड़ी साह दी वड्डी सी, हौली हौली तड़पा तड़पा, एक इतिहासकार ने लिखा 12 मिनट साहबजादा बाबा फतेह सिंह तत्ता मारता रहा। शहीद हुए अज वाले दिन सत्संग जी इत्थे कहिंदा सी दर्दी साहबजादे दा माता गुजर कौर दा मोती मेहरा, मोती मेहरा बुरज दे पिछले पासे पौड़ी ला के अद्धी रात नूं दुद्ध पियां हुंदा सी। तन मोती जिन पुन कमाया गुरु लाला तई दुद्ध पियाया, दुद्ध पियांदा सी मूंह ते कपड़ा दा लै लिया, बड़ा मन नूं पक्का कीता पहलां घर रज रज के रोया ਵੀ ਗੁਰੂ ਦੇ ਸਾਹਿਬਜ਼ਾਦਿਆਂ ਦੇ ਤਸ਼ੱਦਦ ਘਾਲਿਆ ਗਿਆ। ਫਿਰ ਮੂੰਹ ਪੱਕਾ ਜਾ ਕਰਕੇ, ਦਿਲ ਟਿਗਰਾ ਪੱਕਾ ਜਾ ਕਰਕੇ ਆਉਂਦਾ ਮਾਂ ਦੇ ਕੋਲ, ਮਾਤਾ ਦੁੱਧ ਪੀ ਲੈ। ਮਾਤਾ ਕਹਿੰਦੀ ਰੋਜ਼ ਆ ਕੇ ਜਿਵੇਂ ਸਾਹਿਬਜ਼ਾਦੇ ਕਬਰ ਸੁਣਾਉਂਦੇ ਸੀ, ਤੂੰ ਵੀ ਸੁਣਾਉਂਦਾ ਸੀ, ਤੂੰ ਵੀ ਸੁਣਾ ਅੱਜ ਸਾਹਿਬਜ਼ਾਦੇ ਤੇ ਨਹੀਂ ਆਏ, ਮੇਰੇ ਪੋਤਰੇ ਤੇ ਨਹੀਂ ਆਏ, ਤੂੰ ਸੁਣਾ ਅੱਜ ਕੀ ਬੀਤੀ ਮੇਰੇ ਪੁੱਤਰ ਪੁੱਤਰਿਆਂ ਨਾਲ। ਉਹ ਤਾਂ ਸ਼ਾਮ ਤੱਕ ਆ ਜਾਂਦੇ ਸੀ। ਕਹਿੰਦੇ ਮਾਂ ਪਹਿਲਾਂ ਦੁੱਧ ਪੀ ਲੈ ਫਿਰ ਮੈਂ ਤੁਹਾਨੂੰ ਦੱਸਾਂਗਾ, ਨਹੀਂ ਪਹਿਲਾਂ ਮੈਨੂੰ ਮੇਰੇ ਪੁੱਤਰਿਆਂ ਦੀ ਖਬਰ ਸੁਣਾ ਕੀ ਬੀਤਿਆ ਉਹਨਾਂ ਨਾਲ ਕਚਹਿਰੀ। ਉੱਚੀ ਉੱਚੀ ਭੁੱਬਾਂ ਮਾਰ ਕੇ ਹੁੰਦਾ ਹੈ ਮੋਤੀ ਮਹਿਰਾ, ਮਾਤਾ ਜਿਹੜੀ ਤੇਰੀ ਸੋਹਣੀ ਮਾਲਾ ਪਰੋਈ ਹੋਈ ਸੀ, ਬਣਾਈ ਹੋਈ ਸੀ ਨਾ, ਅੱਜ ਉਹਦੇ ਮੋਤੀ ਖੇਰੂ ਖੇਰੂ ਹੋ ਗਏ ਨੇ, ਵੱਡੇ ਪੋਤਰੇ ਉੱਥੇ ਸ਼ਹੀਦ, ਛੋਟੇ ਤੇ ਕੋ ਕੋ ਕੇ ਸ਼ਹੀਦ ਕੀਤਾ ਗਿਆ ਤੇਰੇ ਪੋਤਰਿਆਂ ਨੂੰ। ਤੇਰੀ ਸੋਹਣੀ ਮਾਲਾ ਜਿਹੜੀ ਸੀ ਬਣਾਈ ਹੋਈ ਉਹ ਅੱਜ ਖੇਰੂ ਖੇਰੂ ਹੋ ਗਈ ਹੈ। ਤੇਰੇ ਟੁੱਟ ਕੇ ਲੜੀ ਵੇ ਮੋਤੀ, ਮੋਤੀ ਮੇਰਾ ਰੋ ਰੋ ਦੱਸਦਾ। ਬਾਬਾ ਮੋਤੀ ਮਹਿਰਾ ਜੀ ਨੇ ਸੇਵਾ ਕੀਤੀ, ਸੂਹ ਨਿਕਲੇ ਦਾ ਪਰਿਵਾਰ ਵੀ ਕੋਲੂ ਵਿੱਚ ਪੀੜੇ ਪਿੜ ਦਿੱਤਾ ਗਿਆ।
इन्हें दे भी तसीये इन्हें भी तशद्दुद कर ले गए देते बड़ी बड़ी कुर्बानी बाबा मोती ने फिर टोटर मान ले कोई प्यार ना होया साहब ज्यादा ने माता गुजर कौर का संस्कार करने वास्ते टोटर मान ले कहते जे मोहरा बिछा के दे दो धरती उन्नी मिल जाएगी संस्कार वास्ते जो फिर मोहरा लैके आए मोहरा लैके फिर लालच बस हो गए कहते मोहरा खड़िया करके दवांगे धरती दुनिया में वर्ल्ड में धरती सब तो महंगी फतेह लड़ सकती मोहरा खड़िया कर के जा एक मोर ने इना था मल लेना के जा फिर एक दे नाल किनिया खड़िया सारी अपनी जिंदगी दी जो भी खुशी लाती पूंजी पर मोरा जिन्या भी लगियां लातियां पर माता गुजर कौर जिथे ज्योति स्वरूप गुरुद्वारा है इथे संस्कार किया गया बाबा जोरावर सिंह बाबा फतेह से लास्ट प्रकरण कह के समाप्ति करी दसवें पातशाह इथो गढ़ी चो शहीद करा के पुत्रां नूं माछीवाड़े दे जंगल गनी खां नबी खां ते आलमगीर टाणा साहिब रायपुर पहुंच गए सी इथे राय कला कहिंदा महाराज कोई सेवा कहिंदे सेवा नहीं मैं अपने छोटे साहिबजादे की खबर सुनना चाहना उन्होंने की बीतिया सरहद दे विच कोई सिपाही भेज अपना नूरा माई कई ने कह दी भैन गई सी सरहद यह नूरा माई नौकर सी राय कला यह गया भजा ही जाता सरहद पहुंचा जाके सारी खबर यह भी रोन लग गया धन गुरु गोबिंद सिंह महाराज खुदा वर्तन उनके बच्चों नाल इन्ना तशद्दुद कर लिया गया जिहड़ा लोगों को बेआसरे नूं सहारा दिंदा है निआसरे नूं आसरा दिंदा है फिर महाराज पुछदे ने प्यारे भाई दया सिंह धर्म सिंह मान सिंह नाल सी देखी मना जा आ रहा नूरा भाई है तां जिगर दे टुटे सी ना फरियादे सी लगते जिगर सी मेरे पुत्रां दी खबर लैके आई देखी चढ़ के मना चढ़ के दे नहीं महाराज आ प्यारे धर्म सिंह के क्यों दे ओ देखदा कहिंदे नहीं महाराज फिर ना महाराज ने फिर मान सिंह के क्यों दे हां महाराज नूरा माई भज्जा आ रहा जो नूरा माई पहुंच गया उत्थे दसवें पातशाह तीर हथ च फड़िया सी ऐ धरती दे विच ला रहे सी नूरा माई शाम नूं पहुंचे सी कहिंदा नूरिया भाई दस मेरे छोटे लाला नाल की होई बीती माता नाल की होया किवें खबर नूरा कहिंदा महाराज टाल दित्ती गल महाराज शामां दा टाइम हो गया दिन ढल गया सवेरे करा दिंदा सवेरे दसांगे तुहानूं बैठ के आराम महाराज कहिंदे नहीं नूरिया ओह भाई मैनूं शामां नूं सुन दी आदत पै गई जिस दिन मेरा पिता पिता का गुरु तेग बहादुर का शीस लता सी शाम नूं आया सी आनंदपुर साहिब जिस दिन बाबा जीत सिंह जुझार सिंह शहीद हो गए सी उस दिन शाम पै गई सी मैनूं आदत जी बन गई जीवन विच शाम नूं सुनेहा सुन दी अज भी शाम नूं ही आया छोटिया दा ते तू सुना दे जो होया जो बीतिया ਇੱਥੇ ਕਹਿੰਦੇ ਨੇ ਕਿ ਮਹਾਰਾਜ ਦੇ ਨਾਲ ਪਿਆਰੇ ਦਇਆ ਸਿੰਘ ਪਿਆਰੇ ਧਰਮ ਸਿੰਘ ਪਿਆਰੇ ਭਾਈ ਦਇਆ ਸਿੰਘ ਨੇ ਪਰਾਂ ਨੂੰ ਮੂੰਹ ਕਰ ਲਿਆ ਪਿਆਰੇ ਧਰਮ ਸਿੰਘ ਨੇ ਦਰਖਤ ਨਾਲ ਮੂੰਹ ਡਾ ਲਿਆ ਪਿਆਰੇ ਭਾਈ ਮਾਨ ਸਿੰਘ ਨੇ ਮੂੰਹ 'ਚ ਕੱਪੜਾ ਪਾ ਲਿਆ ਵੀ ਭੁੱਬਾਂ ਨਿਕਲ ਜਾਣੀਆਂ ਇੰਨੇ ਸੋਹਣੇ ਮਾਨ ਦੇ ਲਾਲ ਸੀ ਇੱਡੇ ਸੋਹਣੇ ਫੜਿਆਂ ਸੀ ਜਦੋਂ ਕੱਲੀ ਕੱਲੀ ਗੱਲ ਦੱਸਦਾ ਇਹ ਨੂਰਾ ਭਾਈ सरहंद जो सुनेहा मिलिया लाल हो तुर गए सरहंद तो जिहड़ा सुनेहा मिलिया इक काव है कहिंदे सरहंद जो सुनेहा मिलिया लाल हो तुर गए दोवें शहीद हो गए नौ निहाल पुर गए दोवें शहीद हो गए तेरे लाल बड़े खूब खूब के शहीद किए गए नौ निहाल तेरे घर दे तुर गए ने ओ सूबे ने कंधा विच पीड़ दिते कोमल शरीर नपीड़ दिते सूबे ने कंधा विच चनवा दिते पीड़ दिते तेरे लाल
कोमल शरीर सी फुला वर्गे नपीड़ के रख दिते तेरे सहज सुन के है सुन के है ये सारी गल मुस्कुरा के उठा धन गुरु गोबिंद सिंह महाराज सुन के सारी गल मुस्कुरा के उठा गुरु गोबिंद सिंह मुस्कुरा के उठे खुश हो के उठे सच्चे पातशाह उस पातशाह ने कोल मूरे आके पुछया पातशाह ने फिर नेड़े होके पुछया गुरु गोबिंद सिंह महाराज कहिंदे तू रूबरू सी कोई गल ना लुकाई तू सामने देख के आया सारा कुछ तू रूबरू सी कोई गल ना लुकाई सच सच दसी कोई कहर ना कमाई सच सच दसी जो होया है सरंद विच कहर ना कमा दी ओला ना रखनी कोई गल सारी गल मैनू बयान करके दस दे अगे कहिंदे दसवें पातशाह ने कहा नूरे नूं कोई हिज कना केरी कोई आग ना कटी मेरे लाला ने उची साह देना कटी तन टूकल की तरपाशा किने कोई हिज ते नहीं कटी अखां च पानी च नहीं आया सी सुर जोरावर सिंह कोई हिज ते ना कटी मेरे लाले ने उची साह देना कटी तेसी दे नाल जद लगी सट जो करारी मेरे फतेह सिंह ने उची आवाज ते ना मनाई जदों तेसी नाल गुड्डे कट दिते गए मेरा छोटा भरिया बाबा फतेह सिंह उन्हें उची आवाज ते ना मारी उन्हें आवाज ते ना आई बाबे फतेह सिंह सारा प्रसंग मार ने सुनिया जदों ने सुनाया सच्चे पातशाह ने थले तीर मारे धरती जे काई दा बूटा पुट के कहिंदे हुण मुगल जुल्म राज दी जड़ टुटी गई धन सी गुरु कलगीधर पातशाह दा पुत्र शहीद हुंदे ने जे जिगरा वेखो खबर सुणदे सामने वड्डे शहीद करा लिया अखां दे सामने ते छोटियां दी खबर सुणदे पए ने धन जिगरा पातशाह वाले I'm not afraid of the dark.
ਜੀ ਕੋਟ ਕੋਟ ਪ੍ਰਣਾਮ ਉਹਨਾਂ ਦਾ ਸ਼ਾਨੀ ਅਦੁੱਤੀ ਸ਼ਹਾਦਤਾਂ ਨਿੱਕੀਆਂ ਜਿੰਦਾਂ ਵੱਡੇ ਸਾਕੇ ਕਰਕੇ ਹੈ ਸੀ ਨਿੱਕੀਆਂ ਜਿੰਦਾਂ ਸਾਕੇ ਬੜੇ ਵੱਡੇ ਸੀ ਸਮਾਗਾ ਨਹੀਂ ਦਿੰਦਾ ਹੋਰ ਵਿਚਾਰ ਕਰੀਏ ਆਪਾਂ ਆਪ ਜੀ ਨੇ ਬੜਾ ਪ੍ਰੇਮ ਦਾ ਸੰਧੂ ਫਾਰਮ ਦੀ ਸੰਗਤ ਨੇ ਬੜਾ ਪ੍ਰੇਮ ਦਾ ਸਬੂਤ ਦਿੱਤਾ ਬੜੀ ਸ਼ਰਧਾ ਭਾਵਨਾ ਨਾਲ ਸਾਹਿਬਜ਼ਾਦਿਆਂ ਦੇ ਇਹ ਸ਼ਹੀਦੀ ਦਿਹਾੜਿਆਂ ਨੂੰ ਮਨਾਇਆ ਦੇ ਤੋਂ ਜੇ ਵੱਡਿਆਂ ਸਾਹਿਬਜ਼ਾਦਿਆਂ ਦਾ ਪ੍ਰਸੰਗ ਸੁਣਨਾ ਹੋਵੇ ਬਾਈ ਨੂੰ ਹੁੰਦਾ ਉਹਨਾਂ ਦਾ ਟੱਪੋ ਨੂੰ ਉਦਣ ਫਿਰ ਵੱਡਿਆਂ ਸਾਹਿਬਜ਼ਾਦਿਆਂ ਦਾ ਉਹ ਵੀ ਸਾਧ ਸੰਗਤ ਜੀ ਸੁਣਨ ਨਾਲ ਬੜਾ ਬੈਰਾਗਮਈ ਇਤਿਹਾਸ ਹੈ ਵੱਡੇ ਸਾਹਿਬਜ਼ਾਦਿਆਂ ਜਦੋਂ ਮਹਾਰਾਜ ਪਿਆਰ ਕਰਦੇ ਨਾ ਮਨ ਭਰ ਜਿਵੇਂ ਛੋਟੇ ਸਾਹਿਬਜ਼ਾਦਿਆਂ ਅੱਜ ਸਵੇਰੇ ਵੀ ਅਸੀਂ ਪ੍ਰਸੰਗ ਸੁਣਾਰੇ ਸੀ ਗੁਰਦੁਆਰੇ ਉੱਤੇ ਸਾਰੀ ਸੰਗਤ ਬੈਰਾਗਮਈ ਹੋ ਗਈ ਅੰਮ੍ਰਿਤ ਵੇਲੇ ਦਾ ਟਾਈਮ ਵੀ ਕੁਛ ਹੋਰ ਹੁੰਦਾ ਹੈ ਰੋਣ ਲੱਗ ਗਏ ਸਾਰੇ ਗੁਰੂ ਦੇ ਲਾਲਾਂ ਦਾ ਇਤਿਹਾਸ ਸੁਣ ਕੇ ਹੁੰਦਾ ਹੈ ਕਿਉਂਕਿ ਆਪਾਂ ਗੁਰੂ ਦੇ ਸਿੱਖ ਹਾਂ ਗੁਰੂ ਦੇ ਪੁੱਤਰਾਂ ਤੇ ਤਸ਼ੱਦਦ ਕਰ ਲਏ ਗਏ ਤਸੀਹੇ ਦਿੱਤੇ ਗਏ ਖੋ ਖੋ ਕੇ ਸ਼ਹੀਦ ਕੀਤਾ ਗਿਆ ਮਨ ਭਰ ਹੁੰਦਾ ਜਦੋਂ ਸੁਣਾਈਦਾ ਹੈ ਗੁਰੂ ਦਾ ਇਤਿਹਾਸ ਸੁਣਨ ਵਾਲੇ ਦਾ ਵੀ ਮਨ ਭਰ ਹੁੰਦਾ ਸਤਸੰਗ ਜੀ ਇਹ ਹੈ ਸ਼ਹਾਦਤ ਦਾਸਤਾਨ ਐਸੀ ਹੈ ਸਾਹਿਬਜ਼ਾਦਿਆਂ ਦੇ ਕੋਟ ਕੋਟ ਪ੍ਰਣਾਮ ਉਹਨਾਂ ਸ਼ਹੀਦਾਂ ਨੂੰ ਇਹ ਨਗਰ ਤੇ ਸੰਧੂ ਫਾਰਮ ਦੀ ਸੰਗਤਾਂ ਤੇ ਮਹਾਰਾਜ ਕਿਰਪਾ ਬਣਾਈ ਰੱਖਣ ਸ਼ਹੀਦ ਸਿੰਘ ਕਿਰਪਾ ਬਣਾਈ ਰੱਖਣ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜ਼ਰੂਰੀ ਬੇਨਤੀ ਗੁਰੂ ਵਾਲੇ ਜ਼ਰੂਰ ਬਣੋ ਜਿਸ ਵਾਸਤੇ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਖੰਡੇ ਵਰਤ ਦਾ ਅੰਮ੍ਰਿਤ ਛਕਾ ਛਕੋ ਗੁਰੂ ਵਾਲੇ ਬਣੋ ਕਿਉਂਕਿ ਮਹਾਰਾਜ ਦੀ ਖੁਸ਼ੀ ਇਸ ਚੀਜ਼ ਵਿੱਚ ਹੈ ਕਿਹਦੇ ਨਾਲ ਪਿਆਰ ਜਿਹਨਾਂ ਦੱਸੀ ਦਸ਼ਮੇਸ਼ ਪਿਤਾ ਆਏ ਕਿ ਫਕੀਰ ਕੇ ਅਰਜ ਗੁਜ਼ਾਰਦਾ ਪਿਤਾ ਨਾਲ ਪਿਆਰ ਹੁੰਦਾ ਦਿੱਲੀ ਵੱਲ ਤੋਰਦਾ ਨਾਮ ਤੋਰਿਆ ਪਹਿਲਾਂ ਨਾਲ ਪਿਆਰ ਹੁੰਦਾ ਆਨੰਦ ਨਾਲ ਵਿਸਾਰਦਾ ਮਾਇਆ ਨਾਲ ਪਿਆਰ ਹੁੰਦਾ ਨਦੀਆਂ ਚ ਰੋੜਦਾ ਪੁੱਤਾਂ ਨਾਲ ਪਿਆਰ ਹੁੰਦਾ ਜੰਗ ਚ ਨਾ ਵਾਰਦਾ ਪਿਆਰ ਕਿਹੜੀ ਚੀਜ਼ ਨਾਲ ਹੈ ਅੱਗੋਂ ਹੱਸ ਬੋਲੇ ਸ੍ਰੀ ਦਸ਼ਮੇਸ਼ ਪਿਤਾ ਅੰਮ੍ਰਿਤ ਪਿਆਰਾ ਮੈਨੂੰ ਖੰਡੇ ਵਾਲੀ ਕਰਦਾ ਮੇਰੀ ਖੁਸ਼ੀ ਲੈਣੀ ਹੈ ਅੰਮ੍ਰਿਤ ਛਕੋ ਫਿਰ ਦਸਵੇਂ ਪਾਤਸ਼ਾਹ ਦੀ ਖੁਸ਼ੀ ਮਿਲਦੀ ਜ਼ਰੂਰ ਕਿਰਪਾ ਕਰੋ ਸਾਰੇ ਵੀਰਾਂ ਨੂੰ ਬੇਨਤੀ ਭਾਵੇਂ ਕਈ ਕੇਸ ਨਹੀਂ ਰੱਖੇ ਪਰ ਉਹਨਾਂ ਅੰਦਰ ਸਿੱਖੀ ਦਾ ਪਿਆਰ ਬੜਾ ਜ਼ਿਆਦਾ ਸਾਡੇ ਵਰਗੇ ਅਸੀਂ ਬਾਣਾ ਪਾਇਆ ਉਹਨਾਂ ਨਾਲ ਵੀ ਜ਼ਿਆਦਾ ਪਿਆਰ ਵਾਲੇ ਮਿਲਦੇ ਨੇ ਕਈ ਗੁਰਮੁਖ ਗੁਰੂ ਦੇ ਸਿੱਖ ਗੁਰਕੀਆਂ ਫੌਜਾਂ ਮਿਲਦੀਆਂ ਨੇ ਵਾਲ ਨਹੀਂ ਰੱਖੇ ਹੁੰਦੇ ਉਹਨਾਂ ਨੇ ਪਰ ਅੰਦਰ ਸਿੱਖੀ ਦਾ ਦਰਦ ਬੜਾ ਉਹਨਾਂ ਦੇ ਅੰਦਰ ਗੁਰੂ ਮਹਾਰਾਜ ਦਾ ਪ੍ਰੇਮ ਬੜਾ ਉਹਨਾਂ ਦੇ ਅੰਦਰ ਹੁੰਦਾ ਸਿੱਖੀ ਤਾਂ ਹੈ ਉਹਨਾਂ ਦੇ ਅੰਦਰ ਵਿੱਚ ਪਰ ਥੋੜ੍ਹਾ ਜਿਹਾ ਜਿਹੜਾ ਫਰਕ ਹੈ ਉਹ ਵੀ ਗੁਰੂ ਮਹਾਰਾਜ ਕਿਰਪਾ ਕਰਨ ਸਰੂਪ ਵੀ ਬਖਸ਼ ਦੇਣ ਅੰਦਰ ਤਾਂ ਹੈ ਭਾਵੇਂ ਸਿੱਖਾਂ ਦੇ ਘਰਾਂ ਦੇ ਬੱਚੇ ਨੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕੌਣ ਹੈ ਸਾਡੇ ਅੰਦਰ ਸਾਰਿਆਂ ਗੁਰੂ ਕੇ ਕੌਣ ਵਾਲੇ ਹਾਂ ਅਸੀਂ ਗੁਰੂ ਕੇ ਸਾਹਿਬਜ਼ਾਦਿਆਂ ਨੇ ਮਾਰ ਖਿਤਾਬ ਦਿੱਤਾ ਹੈ ਕਿ ਇਨ ਪੁੱਤਰਨ ਕੇ ਸੀਸ ਪਰਿਵਾਰ ਦੀ ਇਹ ਸੁੱਧ ਚਾਰ ਚਾਰ ਮੂਹੇ ਤੋਂ ਪਿਆ ਹੋਇਆ ਜੀਵਤ ਕਈ ਹਜ਼ਾਰ ਸਾਨੂੰ ਹੀ ਕਿਹਾ ਸੀ ਸਾਡੇ ਅਲਬਾਮ ਸਾਨੂੰ ਪੁੱਤਰ ਬਣਾਇਆ ਆਪਣੇ ਉਹਨਾਂ ਨੇ ਅੰਦਰ ਸਿੱਖੀ ਹੈ ਭਾਵੇਂ ਕੇਸ ਕਟਾਉਂਦੇ ਨੇ ਵੀਰ ਪਰ ਗੁਰੂ ਕਿਰਪਾ ਕਰੇ ਬਾਹਰਲਾ ਸਰੂਪ ਵੀ ਮਹਾਰਾਜ ਆਉਣ ਵਾਲੇ ਸਮੇਂ ਤੇ ਬਖਸ਼ੇ ਨਗਰ ਦੀਆਂ ਸੰਗਤਾਂ ਨੂੰ ਗੁਰਸਿੱਖੀ ਜੀਵਨ ਅੰਮ੍ਰਿਤ ਦੀਆਂ ਦਾਤਾਂ ਬਖਸ਼ਿਸ਼ ਕਰਨ ਸਾਰੀਆਂ ਸੰਗਤਾਂ ਚ ਮੇਲ ਪ੍ਰਿਆਪਤ ਰੱਖਣ ਚੜ੍ਹਦੀ ਕਲਾ ਬਖਸ਼ਿਸ਼ ਕਰਨ ਇਸੇ ਤਰ੍ਹਾਂ ਗੁਰੂਆਂ ਦੇ ਗੁਰਪੁਰਬ ਸ਼ਹੀਦੀ ਦਿਹਾੜੇ ਤੁਸੀਂ ਮਨਾਉਂਦੇ ਰਹੋ ਮਹਾਰਾਜ ਸਾਰਿਆਂ ਦੀ ਸੇਵਾ ਪ੍ਰਵਾਨ ਕਰਨ ਹੁਣ ਲਾਸਟ ਵਿੱਚ ਇੱਕ ਬੇਨਤੀ ਕਰਾਂਗੇ ਅਸੀਂ ਹੱਥ ਜੋੜ ਕੇ ਐਤਕੀ ਜੋ ਤੁਸੀਂ ਕਰ ਲਿਆ ਬਿਲਕੁਲ ਕੋਈ ਗੱਲ ਨਹੀਂ ਪਕੌੜਿਆਂ ਦਾ ਲੰਗਰ ਅੱਗੇ ਤੂੰ ਹੱਥ ਜੁੜ ਕੇ ਬੇਨਤੀ ਨਾ ਲਾਇਓ ਸਿਰਫ ਚਾਹ ਜਾਂ ਕੋਈ ਨਾਲ ਮਾੜਾ ਮੋਟਾ ਬੇਸਤ ਕਰ ਲਿਓ ਅੱਗੇ ਤੇ ਨਾ ਕਰਿਓ ਕਿਉਂਕਿ ਸਤਸੰਗ ਜੀ ਸਾਡੇ ਵਾਸਤੇ ਉਹਨਾਂ ਨੇ ਸਾਹਿਬਜ਼ਾਦੇ ਬਾਰੇ ਨੇ ਆਪਾਂ ਮੰਨ ਲਓ ਇੱਕ ਛੋਟੀ ਜਿਹੀ ਐਗਜ਼ਾਮਪਲ ਆਪਣੇ ਘਰਾਂ 'ਚ ਬੱਚੇ ਨੇ ਬੱਚਾ ਆਪਣਾ ਪੂਰਾ ਹੋਇਆ ਹੋਵੇ ਤੇ ਕੋਈ ਕਵੇ ਪਕੌੜੇ ਬਣਾ ਲਈ ਸੁਝਦਾ ਨਹੀਂ ਹੈ ਅੱਛਾ ਨਹੀਂ ਲੱਗਦਾ ਮਾਫੀ ਦੇ ਦਿਓ ਜੀ ਘੱਟ ਵੱਧ ਬੋਲਿਆ ਗਿਆ ਕਿਉਂਕਿ ਗੁਰੂ ਕੇ ਲਾਲ ਨੇ ਅੱਜ ਸੋਗ ਦਾ ਦਿਨ ਹੈ ਨਾ ਕਿ ਖੁਸ਼ੀ ਦਾ ਦਿਨ ਖੁਸ਼ੀ ਨਹੀਂ ਰਾਜ ਅਸੀਂ ਲੰਘੇ ਆ ਰਹੇ ਸੀ ਉੱਥੇ ਵੀ ਲਾਇਆ ਸੀ ਤੇ ਖਲਾਰ ਕੇ ਗੱਡੀ ਸੀ ਪੁੱਛਿਆ ਸੀ ਕਿ ਵੀਰਾ ਹੁਣ ਜੋ ਹੋ ਗਿਆ ਠੀਕ ਹੈ ਅੱਗੇ ਤੋਂ ਨਾ ਕਰਿਓ ਕਹਿੰਦੇ ਠੀਕ ਹੈ ਸੱਤ ਵਜੇ ਨੂੰ ਜੀ ਮੈਂ ਮਹਾਰਾਜ ਦੇ ਲਾਲ ਵਿੱਚ ਕਿੰਨੀਆਂ ਉਮਰਾਂ ਸੀ ਉਹਨਾਂ ਨੂੰ ਤਸੀਹੇ ਦਿੱਤੇ ਗਏ ਜਦੋਂ ਅੱਜ ਦੀ ਖਬਰ ਮਿਲੀ ਸੀ ਗੋਬਿੰਦ ਸਿੰਘ ਨੂੰ ਰਾਏਕੋਟ ਭੁੱਖਾ ਮਾਰ ਮਾਰ ਕੇ ਪਿਆਰੇ ਰੋ ਗਏ ਸੀ ਬੁੱਬਾ ਮਾਰ ਮਾਰ ਕੇ ਰੁਕੇ ਸਾਨੂੰ ਖਬਰ ਮਿਲਦੀ ਪਈ ਅੱਜ ਦੇ ਦਿਨ ਆ ਰਹੇ ਨੇ ਸਾਹਿਬਜ਼ਾਦਿਆਂ ਦੇ ਆਪਾਂ ਕਿਵੇਂ ਖੁਸ਼ੀਆਂ ਮਨਾ ਸਕਦੇ ਨਹੀਂ ਪਿਆਰੇ ਹੋ ਬੜੀ ਸ਼ਰਧਾ ਤੁਹਾਡੇ ਅੰਦਰ ਗੁਰੂਆਂ ਦੇ ਗੁਰਪੁਰਬ ਦਿਹਾੜੇ ਮਨਾਉਂਦੇ ਹੋ ਪਰ ਅੱਗੇ ਤੋਂ ਆਹ ਪੰਜ ਦਿਨਾਂ ਵਿੱਚ ਅੱਠ ਪੋਹ ਤੋਂ 13 ਪੋਹ ਦੇ ਵਿੱਚ ਕੋਈ ਖੁਸ਼ੀ ਦਾ ਕੰਮ ਨਹੀਂ ਆਪਾਂ ਕਰਨਾ ਕੋਈ ਫੰਕਸ਼ਨ ਪਾਰਟੀ ਕੋਈ ਕਰ ਕੋਈ ਨਵੀਂ ਚੀਜ਼ ਨਹੀਂ ਖਰੀਦਣੀ ਕੋਈ ਕੱਪੜਾ ਨਹੀਂ ਖਰੀਦਣਾ
ਐ ਕਰ ਲੈਣੇ ਨੇ ਜਿਵੇਂ ਆਪਣੇ ਪਰਿਵਾਰ ਦੇ ਵਿੱਚ ਸੋਗ ਛਾਇਆ ਦਸਵੇਂ ਪਾਤਸ਼ਾਹ ਨੇ ਸਾਨੂੰ ਆਪਣਾ ਪਰਿਵਾਰ ਬਣਾਇਆ ਅੱਠ ਪੋਹ ਨੂੰ ਵੱਡੇ ਲਾਲਾਂ ਨੇ 13 ਨੂੰ ਫਿਰ ਛੋਟਿਆਂ ਦੀ ਮਾਤਾ ਕੀ ਬੜਾ ਪ੍ਰੇਮ ਦਾ ਸਬੂਤ ਦਿੱਤਾ ਸ਼ਰਧਾ ਭਾਵਨਾ ਨਾਲ ਸੁਣਿਆ ਹੋਈਆਂ ਭੁੱਲਾਂ ਦੀ ਮਾਫ਼ੀ ਅਨੰਦ ਸਾਹਿਬ ਦਾ ਪਾਠ ਗੁਰੂ ਚਰਨਾਂ ਜੀ ਦਾ ਪਿਛਲੀ ਵਾਰ ਅਸੀਂ ਜੋ ਗੁਰੂ ਘਰ ਦੇ ਸੇਵਾਦਾਰ ਉਹਨਾਂ ਬਾਰੇ ਬੇਨਤੀ ਕੀਤੀ ਸੀ ਉਹਨਾਂ ਨੇ ਸਾਨੂੰ ਕਿਹਾ ਅਸੀਂ ਇੱਥੇ ਮਾਰਜੀ ਜੂਰੀ 'ਚ ਬੈਠੇ ਅਸੀਂ ਆਪਣੇ ਵੱਲੋਂ ਜਦੋਂ ਜਾਈਦਾ ਜੇ ਕਿਤੇ ਟਕਸਾਲੀ ਵੀਰ ਬੈਠੇ ਹੁੰਦੇ ਨੇ ਜਿਹੜੇ ਟਕਸਾਲ ਤੋਂ ਪੜ੍ਹ ਕੇ ਆਏ ਨੇ ਬੜੇ ਸੂਝਵਾਨ ਹੁੰਦੇ ਨੇ ਗ੍ਰੰਥੀ ਸਿੰਘ ਇਸ ਕਰਕੇ ਅਸੀਂ ਆਪਣੇ ਵੱਲੋਂ ਹੀ ਬੇਨਤੀ ਕੀਤੀ ਸੀ ਹੁਣ ਇਹਨਾਂ ਨੇ ਕਿਹਾ ਸੀ ਫੋਨ 'ਤੇ ਕਿਤੇ ਕਿਤੇ ਸਾਡੇ ਬਾਰੇ ਲੱਗ ਗਏ ਕਿਤੇ ਉਹਨਾਂ ਨੂੰ ਇਹ ਹੋਏ ਕਿ ਇਹ ਬੁਲਾਉਂਦੇ ਨੇ ਨਹੀਂ ਨਹੀਂ ਇਸ ਪਹਿਲਾਂ ਵੀ ਇਹਨਾਂ ਨੇ ਨਹੀਂ ਕਿਹਾ ਅਸੀਂ ਆਪਣੇ ਵੱਲੋਂ ਕਿਹਾ ਸੀ ਬੜੇ ਸਾਊ ਸੁਭਾਅ ਦੇ ਨੇ ਬਾਬਾ ਜਗਤਾਰ ਸਿੰਘ ਜੀ ਅੱਛੇ ਸੁਭਾਅ ਦੇ ਨੇ ਗੁਰੂ ਮਹਾਰਾਜ ਦੇ ਸ਼ਰਧਾ ਭਰੋਸਾ ਭਾਵਨਾ ਰੱਖਣ ਵਾਲੇ ਨੇ ਤੁਹਾਨੂੰ ਹੀਰਾ ਮਿਲਿਆ ਹੈ ਸਤਿਕਾਰ ਕਰਿਓ ਵੱਧ ਤੋਂ ਵੱਧ ਕਿਉਂਕਿ ਇਹਨਾਂ ਦਾ ਸਤਿਕਾਰ ਗੁਰੂ ਮਹਾਰਾਜ ਦਾ ਸਤਿਕਾਰ ਹੈ ਗੁਰੂ ਦੀ ਖੁਸ਼ੀ ਬਣੀ ਰਹੇਗੀ ਸੰਧੂ ਫਾਰਮ ਤੇ ਜਦੋਂ ਗੁਰੂ ਦੇ ਵਜ਼ੀਰ ਖੁਸ਼ ਰਹਿਣਗੇ ਦੱਸਦੇ ਨੇ ਕਹਿੰਦੇ ਸਾਰੀਆਂ ਮਾਤਾਵਾਂ ਭੈਣਾਂ ਭਾਈ ਸਾਰੇ ਬੜੇ ਪਿਆਰ ਕਰਦੇ ਨੇ ਸੋ ਜੇ ਕਰਦੇ ਨੇ ਤਾਂ ਹੀ ਦੱਸਦੇ ਨੇ ਇਸ ਕਰਕੇ ਇਹਨਾਂ ਦਾ ਪਰਿਵਾਰ ਹੀ ਤੁਹਾਡਾ ਪਰਿਵਾਰ ਹੈ ਤੁਹਾਡੀ ਜ਼ਿੰਮੇਵਾਰੀ ਇੱਕ ਨਗਰ ਇੱਕ ਗ੍ਰੰਥੀ ਦਾ ਪਰਿਵਾਰ ਘੱਟੋ ਘੱਟ ਇਹ ਸਭ ਤੋਂ ਵੱਡੀ ਸੇਵਾ ਹੈ ਇਹ ਕਰ ਸਕਦੇ ਹਾਂ ਆਪਾਂ ਕੋਈ ਵੱਡੀ ਗੱਲ ਨਹੀਂ ਆਪਣਾ ਪਰਿਵਾਰ ਸੁਣਾ ਗ੍ਰੰਥੀ ਦਾ ਪਰਿਵਾਰ ਨਗਰ ਹੋਇਆ ਇਹ ਕਿਰਪਾ ਕਰੇ ਬੇਨਤੀ ਪਰਿਵਾਰ ਰਾਮ ਕਲੀ ਮਹੱਲਾ ਤੀਜਾ ਨੰਦ ਏਕੋ ਅੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਰੇ Yeah.
Yeah.